ਸਕਰੀਨ ਤੇ ਕਿਸਾਨਾਂ ਨੇ ਨਿਰੰਤਰ ਟਰੈਕ ਜਾਮ ਕੀਤੇ ਨੇ। ਲਾਈਵ ਦੇਖ ਰਹੇ ਹੋ ਤੁਸੀਂ, ਨਿਰੰਤਰ ਮੋਦੀ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਬਿੱਲ ਦੀ ਅਮੈਂਡਮੈਂਟ ਜਾਂ ਬਿੱਲ ਨੂੰ ਵਾਪਸ ਲੈਣ ਲਈ ਦਬਾਅ ਬਣਿਆ ਹੋਇਆ ਹੈ ਇਹਨਾਂ ਦੇ ਸੰਘਰਸ਼ ਨੂੰ ਬਲ ਦੇਣ ਦੇ ਲਈ। ਜੇ ਗੱਲ ਕਰੀਏ ਗਾਇਕਾਂ ਦੀ, ਪੂਰੇ ਪੰਜਾਬ ਵਿੱਚ ਗਾਇਕਾਂ ਨੇ ਵੀ ਖੁੱਲ੍ਹੇ ਦਿਲ ਨਾਲ ਕਿਸਾਨਾਂ ਦਾ ਸਾਥ ਦਿੱਤਾ, ਇਹਨਾਂ ਦੇ ਧਰਨਿਆਂ ਵਿੱਚ ਪਹੁੰਚ ਰਹੇ ਨੇ ਗਾਇਕ। ਤੁਸੀਂ ਦੇਖ ਰਹੇ ਤੇ ਲਾਈਵ ਸਕਰੀਨ ਉੱਤੇ ਜਸ ਬਾਜਵਾ ਨੂੰ ਤੇ ਹਰਮਿੰਦਰ ਨੂਰਪਰੀ ਤੇ ਹੋਰ ਵੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇੱਥੇ, ਤੇ ਸੁਣਾਉਂਦੇ ਹਾਂ ਕਿ ਅਗਲੀ ਰਣਨੀਤੀ ਕਿਸਾਨਾਂ ਦੀ ਨੂੰ ਇਹ ਕਿਸ ਤਰ੍ਹਾਂ ਸਾਥ ਦੇਣਗੇ, ਸੰਘਰਸ਼ ਕਿਵੇਂ ਦੇਖਦੇ ਹੋ? ਅਸੀਂ ਦੇਖਣਾ ਕੀ ਹੈ ਜੀ, ਬਸ ਜਦ ਤੱਕ ਕੇਂਦਰ ਦੀ ਸਰਕਾਰ, ਅਸੀਂ ਤਾਂ ਪ੍ਰੋਪਰ ਇਹਨਾਂ ਬਿੱਲਾਂ ਦਾ ਬਾਈਕਾਟ ਕਰਦੇ ਹਾਂ, ਕੋਈ ਇਹਨਾਂ 'ਚ ਸੋਧ ਨਹੀਂ ਚਾਹੁੰਦੇ, ਕੋਈ ਅਸੀਂ ਨਹੀਂ, ਕਿਉਂਕਿ ਪੰਜਾਬ ਨੂੰ ਇਹਨਾਂ ਬਿੱਲਾਂ ਦੀ ਲੋੜ ਹੀ ਨਹੀਂ ਸੀ। ਕਰਕੇ ਖਾਣ ਵਾਲੇ ਲੋਕ ਸੀ, ਮਿਹਨਤ ਮਜ਼ਦੂਰੀ ਵੀ ਕਹਿ ਸਕਦੇ ਹਾਂ, ਹੁਣ ਤਾਂ ਕਿਸਾਨ ਹੈ ਜਿਹੜਾ ਆਪਣੀਆਂ ਖੇਤਾਂ ਦਾ ਰਾਜਾ ਹੈ, ਕਿਸੇ ਦੇ ਕੋਲੇ ਮੰਗਣ ਨਹੀਂ ਜਾਂਦਾ। ਅੰਨਦਾਤੇ ਦਾ ਨਾਰਾ ਉਦੋਂ ਦਿੱਤਾ ਗਿਆ ਸੀ ਜਦੋਂ ਪੰਜਾਬ ਅਤੇ ਹਰਿਆਣਾ ਸੂਬਾ ਜਦੋਂ ਇਹ ਡਿਊਟੀ ਲਾਈ ਸੀ ਹਿੰਦੁਸਤਾਨ ਨੇ ਵੀ ਤੁਸੀਂ ਸਾਰੇ ਹਿੰਦੁਸਤਾਨ ਦਾ ਢਿੱਡ ਭਰਨਾ, ਅੰਨਦਾਤਾ ਸ਼ਬਦ ਹੈ ਜਿਹੜਾ ਉਦੋਂ ਸਾਨੂੰ ਗੌਰਮੈਂਟ ਨੇ ਦਿੱਤਾ ਸੀ, ਹੁਣ ਉਹਨਾਂ ਦਾ ਆਪਦਾ ਮਤਲਬ ਨਿਕਲ ਗਿਆ। ਹੁਣ ਇਹ ਥੋੜ੍ਹੀ ਹੈ ਵੀ ਸਾਨੂੰ ਟਿਸ਼ੂ ਪੇਪਰ, ਅਸੀਂ ਆਪਦਾ ਕਰਕੇ ਖਾ ਰਹੇ ਹਾਂ, ਕੋਈ ਕੇਂਦਰ ਸਰਕਾਰ ਤੋਂ ਮੰਗ ਤਾਂ ਕੁਛ ਨਹੀਂ ਰਹੇ। ਤਾਂ ਹੁਣ ਸਿੱਧੇ ਤੌਰ 'ਤੇ ਜਿਹੜੀਆਂ ਸਾਡੇ ਕੋਲ ਪੰਜਾਬ ਦੇ ਲੋਕਾਂ ਕੋਲ ਕੀ ਆ, ਜ਼ਿਮੀਂਦਾਰਾਂ ਕੋਲ ਕੀ ਆ, ਹੌਸਲਾ ਜ਼ਿਮੀਂਦਾਰਾਂ ਨੂੰ ਕਿਹਦੇ ਨਾਲ, ਜ਼ਮੀਨ ਨਾਲ। ਸਾਡੇ ਤਾਂ ਸਿੱਧੇ ਤੌਰ 'ਤੇ, ਮੈਂ ਤੁਹਾਨੂੰ, ਸਾਡੇ ਤਾਂ ਰਿਸ਼ਤੇ ਵੀ ਜ਼ਮੀਨਾਂ ਨੂੰ ਦੇਖ ਕੇ ਹੁੰਦੇ ਨੇ, ਅਸੀਂ ਤਾਂ ਛੜੇ ਮਰ ਜਾਵਾਂਗੇ ਸਾਰੇ। ਇਹ ਪੁੱਛਾਂਗੇ ਵੀ ਜ਼ਮੀਨ ਕਿਹਦੇ ਕੋਲ ਹੈ, ਤਾਂ ਜੀ ਸਾਡੇ ਕੋਲ ਪਰ ਅਡਾਨੀਆਂ ਕੋਲ ਆ, ਪੰਜਾਬ 'ਚ ਤਾਂ ਜੀ ਵਿਆਹ ਨਹੀਂ ਹੋਣੇ ਇਸ ਹਿਸਾਬ ਨਾਲ। ਸੋ ਤਾਂ ਕਰਕੇ ਪੰਜਾਬ ਨਾਲ, ਤੁਸੀਂ ਪੰਜਾਬ ਨੂੰ ਜਿੱਥੇ ਪੰਜਾਬ ਖੜ੍ਹਾ, ਤੁਸੀਂ ਜੇ ਇਹਨੂੰ ਅੱਗੇ ਨਹੀਂ ਲਿਜਾ ਸਕਦੇ, ਤੁਸੀਂ ਇਹਨੂੰ ਪਿੱਛੇ ਲੈ ਕੇ ਜਾਣ ਦੀ ਵੀ ਕੋਸ਼ਿਸ਼ ਨਾ ਕਰੋ। ਸਾਨੂੰ ਸਾਡੇ ਹਾਲ 'ਤੇ ਛੱਡ ਦਿਓ, ਸਾਡੇ ਬਹੁਤ ਭਰਾ ਨੇ ਬਾਹਰਲਿਆਂ ਮੁਲਕਾਂ 'ਚ ਚਲੇ ਗਏ, ਪੰਜਾਬੀਆਂ ਦਾ ਇਹ ਇਤਿਹਾਸ ਰਿਹਾ ਕਿ ਕਦੇ ਕਿਸੇ ਨੇ ਹੱਥ ਨਹੀਂ ਅੱਡਿਆ ਕਿਸੇ ਮੂਹਰੇ। ਤੁਹਾਨੂੰ ਦਿੱਲੀ 'ਤੇ ਸਾਡੀ ਭਾਜੀ ਹੋਊਗੀ, ਅਸੀਂ ਦਿੱਤਾ ਬਹੁਤ ਕੁਛ ਹੋਊਗਾ, ਪਰ ਦਿੱਲੀ ਤੋਂ ਕਦੇ ਕੁਛ ਲਿਆ ਨਹੀਂ ਹੱਥ ਅੱਡ ਕੇ, ਇਹ ਇਤਿਹਾਸ ਗਵਾਹ। ਹੁਣ ਮੈਂ ਬੜਾ ਬਰੀਵਲੀ ਨਹੀਂ ਜਾਣਾ ਚਾਹੁੰਦਾ, ਸੋ ਟੋਟਲ ਤੌਰ 'ਤੇ ਇਹਨਾਂ ਬਿੱਲਾਂ ਦਾ ਬਾਈਕਾਟ ਕਰਦੇ ਹਾਂ ਜੀ, ਬਾਈਕਾਟ ਕਰਦੇ ਹਾਂ, ਇਹਨਾਂ 'ਚ ਸੋਧ ਨਹੀਂ ਚਾਹੁੰਦੇ ਕੋਈ, ਅਤੇ ਸਾਡੇ ਸਾਰੇ ਭਰਾ ਡਟੇ ਹੋਏ ਨੇ ਜਦੋਂ ਤੱਕ ਕੇਂਦਰ ਦੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ। ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਹਾਂ ਕਿਸਾਨ ਹਿਤੈਸ਼ੀ ਹਾਂ, ਅਸੀਂ ਕਿਸਾਨਾਂ ਦੇ ਨਾਲ ਖੜੀਏ, ਤਾਂ ਜੋ ਅੱਜ ਤੱਕ ਕੋਈ ਵੀ ਸਿਆਸੀ ਪਾਰਟੀ ਆਪਣਾ ਝੰਡਾ ਛੱਡ ਕੇ ਕਿਸਾਨਾਂ ਦੇ ਨਾਲ ਨਹੀਂ ਖੜੀ ਹੋਈ, ਅੱਜ ਰਾਹੁਲ ਗਾਂਧੀ ਵੱਲੋਂ ਟਰੈਕਟਰ ਰੈਲੀ ਕੀਤੀ ਜਾ ਰਹੀ ਵੱਖਰੇ ਤੌਰ 'ਤੇ, ਕਿਵੇਂ ਦੇਖਦੇ ਹੋ? ਦੇਖੋ, ਮੈਨੂੰ ਸਿਆਸਤ ਦਾ ਬੜਾ ਕੋਈ ਭੇਦ ਹੈ ਨਹੀਂ, ਅਸੀਂ ਤਾਂ ਵੱਟਾਂ 'ਤੇ ਪਲ ਕੇ ਬੜੇ ਹੋਏ ਹਾਂ, ਆਪਦੇ ਬਜ਼ੁਰਗਾਂ ਦੇ ਸੁਹਾਗਿਆਂ 'ਚ ਬਹਿ ਕੇ ਬਲਦਾਂ ਵਾਲਿਆਂ 'ਚ ਵੱਡੇ ਹੋਏ ਹਾਂ, ਕਿਉਂਕਿ ਛੋਟੇ ਜ਼ਿਮੀਂਦਾਰ ਹੈ, ਮੱਧ ਵਰਗ ਪਰਿਵਾਰ 'ਚੋਂ ਆਏ ਹਾਂ, ਸ਼ੁਰੂ ਤੋਂ ਗਾਉਣ ਦਾ ਸ਼ੌਂਕ ਸੀਗਾ। ਸੋ ਜ਼ਿਆਦਾ ਰੁਝਾਨ ਆ ਜਿਹੜਾ ਇਹ ਉੱਧਰ ਨੂੰ ਹੀ ਰਿਹਾ। ਅੱਜ ਆ ਕੇ ਜਦੋਂ ਉਹਨਾਂ ਖੇਤਾਂ ਨਾਲ, ਅਸੀਂ ਇਹਨਾਂ ਖੇਤਾਂ ਦੀ ਮੰਗ ਕਿਉਂ ਕਰ ਰਹੇ ਹਾਂ, ਸਾਡਾ ਇੱਕ ਇਤਿਹਾਸ ਜੁੜਿਆ ਪੰਜਾਬ ਨੂੰ, ਤੁਸੀਂ ਖੇਤੀ ਤੋਂ ਬਿਨਾਂ ਸਿਰਜ ਹੀ ਨਹੀਂ ਸਕਦੇ, ਪੰਜਾਬ ਦੀ ਕਲਪਨਾ ਹੀ ਨਹੀਂ ਕਰ ਸਕਦੇ ਖੇਤਾਂ ਤੋਂ ਬਿਨਾਂ। ਸੋ ਸਾਡੀਆਂ ਉਹ ਯਾਦਾਂ ਨੇ ਜਿਹੜੀਆਂ ਉਹ ਖੇਤਾਂ ਨਾਲ ਜੁੜੀਆਂ, ਜਦੋਂ ਸਿੱਧੇ ਤੌਰ 'ਤੇ ਸਾਡੇ ਤੋਂ ਸਾਡੀ ਜ਼ਮੀਨ ਹੀ ਖੋਹ ਲਈ, ਤਾਂ ਕਰਕੇ ਅਸੀਂ ਆਏ ਹਾਂ। ਸਰਕਾਰਾਂ ਕੀ ਕਰਦੀਆਂ ਨੇ ਕੀ ਨਹੀਂ ਕਰਦੀਆਂ ਇਹਦੇ ਬਾਰੇ ਦੇਖੋ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਕੋਈ ਪੋਲੀਟੀਕਲੀ ਬਾਹਲਾ ਸਟਰੋਂਗ ਨਹੀਂ ਹੈਗਾ, ਨਾ ਮੈਨੂੰ ਨੌਲੇਜ ਹੈ। ਸੋ ਮੈਂ ਇਹ ਬੇਨਤੀ ਕਰਦਾ ਜੇ ਅੱਜ ਤੁਸੀਂ ਸਾਡਾ ਸਾਥ ਦੇਣਾ ਤਾਂ ਆਪਦੇ ਝੰਡੇ ਛੱਡ ਕੇ ਸਾਡੇ ਨਾਲ ਕਿਸਾਨ ਯੂਨੀਅਨ ਦੇ ਜਥੇ ਥੱਲੇ ਆਓ, ਆਪਦੇ ਝੰਡੇ ਛੱਡ ਕੇ ਆਓ। ਪਹਿਲਾਂ ਵੀ ਮੈਂ ਇਹ ਗੱਲ ਕਹੀ ਆ ਵੀ ਇੱਦਾਂ ਪਾਰਟੀਆਂ ਨਾ ਲੈ ਕੇ ਆਓ ਆਪਦੀਆਂ, ਤੁਸੀਂ ਹੱਲ ਕਰਾ ਦਿਓ ਸਾਡਾ, ਇਹ ਬਿੱਲਾਂ ਨੂੰ ਰੱਦ ਕਰਵਾ ਦਿਓ। ਤਾਂ ਪੰਜਾਬ ਦੇ ਲੋਕਾਂ ਨੇ ਸੱਤਾ ਤਾਂ ਤੁਹਾਨੂੰ ਉੱਦਾਂ ਹੀ ਥਾਲੀ 'ਚ ਪਾ ਕੇ ਦੇ ਦੇਣੀ ਆ ਵੀ ਤੁਸੀਂ ਹੱਲ ਕਰਵਾ ਤਾ, ਕਿਉਂਕਿ ਇਹਨਾਂ ਬਿੱਲਾਂ ਦੇ ਉੱਤੇ ਹੁਣ ਕੋਈ ਮੁੱਦਾ ਹੀ ਨਹੀਂ ਅੱਜ ਪੰਜਾਬ 'ਚ। ਸੋ ਸਿਆਸੀ ਜਿੰਨੀਆਂ ਵੀ ਪਾਰਟੀਆਂ ਨੇ ਜੇ ਖੜ੍ਹਨਾ ਤਾਂ ਕਿਸਾਨਾਂ ਦੇ ਨਾਲ ਖੜੋ, ਇੱਦਾਂ ਰੈਲੀਆਂ ਕੱਢ ਕੇ ਪੰਜਾਬ 'ਚ ਹੀ। ਦੇਖੋ, ਮੈਨੂੰ ਲੱਗਦਾ ਜੇ ਪੰਜਾਬ 'ਚ ਦਿੱਲੀ ਤੱਕ ਜਦੋਂ ਤੱਕ ਕੋਈ ਚਣਕ ਨਹੀਂ ਲੱਗਦੀ ਨਾ, ਅਸੀਂ ਹੁਣ ਟੋਲ ਪਲਾਜ਼ੇ ਵੀ ਰੋਕੇ ਹੋਏ ਨੇ ਕੇਂਦਰ ਦੇ ਨੇ, ਪੈਟਰੋਲ ਪੰਪ ਵੀ ਨੇ ਰਿਲਾਇੰਸ ਦੇ ਨੇ, ਅਤੇ ਮੈਂ ਵਾਰ ਵਾਰ ਇੱਕ ਤੁਹਾਡੇ ਚੈਨਲ 'ਤੇ ਜ਼ਰੂਰ ਕਹਿੰਦਾ ਵੀ ਜੀਓ ਦਾ ਪ੍ਰੋਪਰ ਤੌਰ 'ਤੇ ਰਿਲਾਇੰਸ ਦਾ ਬਾਈਕਾਟ ਕਰੋ, ਨਾ ਉਹਨਾਂ ਤੋਂ ਤੇਲ ਪਾਓ, ਉਹਨਾਂ ਦੇ ਸਿੰਮਾਂ ਨੂੰ ਵੀ ਬੰਦ ਕਰੋ, ਤਾਂ ਜੋ ਉੱਥੇ ਹਲਚਲ ਹੋਵੇ। ਉੱਥੇ ਹਲਚਲ ਜ਼ਰੂਰੀ ਹੈ ਕਿਉਂਕਿ ਨੈਸ਼ਨਲ ਮੀਡੀਆ ਸਾਡੀ ਗੱਲ ਨਹੀਂ ਸੁਣ ਰਿਹਾ। ਉੱਥੇ ਤਾਂ ਐਂ ਆ ਵੀ ਪੰਜਾਬ 'ਚ ਕੁਛ ਹੋ ਹੀ ਨਹੀਂ ਰਿਹਾ, ਪੰਜਾਬ 'ਚ ਜੀਵਨ ਆਮ ਤਰੀਕੇ ਨਾਲ ਚੱਲ ਰਿਹਾ। ਜੇ ਸਰਕਾਰਾਂ ਨੇ ਸਾਡੇ ਨਾਲ ਖੜ੍ਹਨਾ ਤਾਂ ਆਪਦੇ ਝੰਡੇ ਛੱਡ ਕੇ ਅੱਜ ਕਿਸਾਨਾਂ ਦਾ ਮੁੱਦਾ ਹੱਲ ਕਰਾਓ, ਬਾਕੀ ਸਿਆਸਤਾਂ ਬਾਅਦ 'ਚੋਂ ਕਰੀ ਜਾਇਓ। 2022 ਬਹੁਤ ਦੂਰ ਹੈ ਹਲੇ। ਤੁਸੀਂ ਏਕਤਾ ਦੀ ਗੱਲ ਕੀਤੀ ਹੈ ਭਾਸ਼ਣ ਦੇ ਵਿੱਚ ਵੀ, ਕਿਹਾ ਏਕੇ ਦੀ ਗੱਲ ਕੀਤੀ ਆ, ਲੱਖਾਂ ਸਿਧਾਣਾ ਅਤੇ ਦੀਪ ਸਿੱਧੂ ਆਪਣਾ ਵੱਖਰੋ ਵੱਖਰੇ ਜਿਹੜੇ ਧਰਨੇ ਲਗਾਏ ਹੋਏ ਆ, ਕਿਤੇ ਕੱਲ੍ਹ ਨੂੰ ਇੱਕ ਲੰਕ ਤਾਂ ਨਹੀਂ ਲੱਗ ਜੂ ਕਲਾਕਾਰਾਂ ਅਤੇ ਸਮਾਜ ਸੇਵੀਆਂ 'ਤੇ ਜੋ ਸਿਆਸੀ ਪਾਰਟੀ 'ਤੇ ਲੱਗ ਰਿਹਾ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਤਾਰ ਪੀੜੋ ਕੀਤਾ ਜਾ ਰਿਹਾ? ਇਹ ਗੱਲ ਮੇਰੇ ਕੋਲ ਕੱਲ੍ਹ ਦੀ ਆਈ ਹੈ। ਦੇਖੋ, ਪਤਾ ਨਹੀਂ ਕਿਉਂ, ਮੈਨੂੰ ਨਹੀਂ ਪਤਾ ਕਿਉਂ ਇਹ ਚੀਜ਼ਾਂ ਵਾਪਰ ਰਹੀਆਂ ਨੇ, ਨਾ ਮੈਨੂੰ ਇੰਨੀ ਇਹਨਾਂ ਚੀਜ਼ਾਂ ਦੀ ਸਮਝ ਹੈ ਜੀ, ਕਿ ਜਦੋਂ ਦੀਪ ਸਾਡਾ, ਸਿੱਧੂ ਭਰਾ ਸਾਡਾ ਬਹੁਤ ਨੌਲੇਜ ਰੱਖਦਾ, ਅਸੀਂ ਉਹਨੂੰ ਅੱਗੇ ਲਾਇਆ ਹੋਇਆ ਸੀ, ਜਦੋਂ ਅਸੀਂ ਕਿਸਾਨ ਭਵਨ 'ਚ ਗਏ ਹਾਂ ਜੀ, ਅਸੀਂ, ਮੈਨੂੰ ਇਹ ਦੁੱਖ ਲੱਗਿਆ ਬਹੁਤ, ਕਿਉਂਕਿ ਲੋਕਾਂ ਨੇ ਮੀਡੀਆ ਦੇ ਥਰੂ ਹੋਰ ਮੁੱਦੇ ਵਰਸਸ ਕਰਤਾ, ਦੀਪ ਸਿੱਧੂ ਵਰਸਸ ਜਸ ਬਾਜਵਾ ਇੱਕ ਪਲੇਟਫਾਰਮ, ਉਹ ਨਹੀਂ, ਇੱਦਾਂ ਨਹੀਂ ਹੈਗਾ। ਸਾਡਾ ਇੱਕ ਹੀ ਟਿੱਚਾ ਪਹਿਲੇ ਦਿਨ ਤੋਂ, ਇੱਕ ਹੀ ਸੋਚ ਹੈ, ਅਸੀਂ ਇਹਨਾਂ ਬਿੱਲਾਂ ਦਾ ਵਿਰੋਧ ਕਰਾਉਣਾ ਅਤੇ ਅਸੀਂ ਕਰਾ ਕੇ ਰਹਾਂ।
ਕਿ ਸਾਡੇ 'ਚ ਜੀ ਅੱਜ ਇਹ ਫੈਸਲਾ ਹੋਇਆ ਪੰਜਾਬ ਦੀਆਂ 31 ਜਥੇਬੰਦੀਆਂ ਅਤੇ ਸਾਡੇ ਆਰਟ ਨਾਲ ਜੁੜੇ ਹੋਏ ਭਰਾ ਇਹ ਲੜਾਈ ਇੱਕਜੁੱਟ ਹੋ ਕੇ ਚੱਲਣਗੇ, ਰਲ ਕੇ ਚੱਲਾਂਗੇ, ਕਿਉਂਕਿ ਇਹ ਲੜਾਈ ਲੰਬੀ ਹੈ, ਸਾਡਾ ਕੰਮ ਹੈ ਜੋੜਨਾ ਨਾ ਕਿ ਤੋੜਨਾ। ਤਾਂ ਫਿਰ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਉਂ ਕਿਸਾਨ ਜਥੇਬੰਦੀਆਂ ਦਾ ਇੱਕਦਮ ਹੀ ਉਹਨਾਂ ਦੇ ਦਿਲ 'ਚ ਕੀ ਆਇਆ ਬਾਈਕਾਟ ਕਰਤਾ, ਜੇ ਕੋਈ ਗੱਲਬਾਤ ਸੀਗੀ ਉਹਨਾਂ ਦੇ ਦਿਲ 'ਚ। ਤਾਂ ਬਾਈ ਆਪ ਕਹਿੰਦਾ ਹੁੰਦਾ ਵੀ ਜਦੋਂ ਤੱਕ ਆਪਾਂ ਬਹਿ ਕੇ ਸੰਵਾਦ ਨਹੀਂ ਕਰਾਂਗੇ ਉਦੋਂ ਤੱਕ ਕਿਸੇ ਚੀਜ਼ ਦਾ ਹੱਲ ਨਹੀਂ ਨਿਕਲੂਗਾ। ਸੋ 7 ਤਰੀਕ ਤੱਕ ਸਾਡਾ ਜਵਾਨ ਹੋਈ ਹੋਈ ਸੀ ਜਥੇਬੰਦੀਆਂ ਨਾਲ ਕਿ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਅਸੀਂ ਪ੍ਰੋਪਰ ਤੌਰ 'ਤੇ ਸਮਰਥਨ ਵੀ ਹੈ ਅਤੇ ਸਾਥ ਵੀ ਦੇਵਾਂਗੇ। ਤਾਂ 7 ਤਰੀਕ ਕੋਈ ਬਾਹਲੀ ਦੂਰ ਨਹੀਂ ਸੀ, ਬਾਈ ਗੱਲਬਾਤ ਕਰ ਲੈਂਦਾ ਉਹਨਾਂ ਨਾਲ ਬਹਿ ਕੇ, ਜੇ ਕੋਈ ਉਹਨੂੰ ਵਿਚਾਰਕ ਉਹਦੇ ਮਾੜੇ ਮੋਟੇ ਮਤਭੇਦ ਸੀ ਕਲੀਅਰ ਹੋ ਜਾਂਦੇ ਤਾਂ ਲੋਕਾਂ 'ਚ ਇਹ ਇਮੇਜ ਨਾ ਜਾਂਦੀ ਵੀ ਉਹਨੇ ਆਪਦਾ ਅਲੱਗ ਧਾਰਨਾ ਕਰ ਲਿਆ, ਕਿਉਂਕਿ ਇੱਕ ਨੌਜਵਾਨੀ ਜਿਹੜੀ ਲਹਿਰ ਆ ਅੱਜ ਇੱਕ ਮੰਚ 'ਤੇ ਲੋਕਾਂ 'ਚ ਜੋਸ਼ ਹੈ, ਬਹੁਤ ਚਿਰਬਾ ਦੇ ਜੋਸ਼ ਦੇਖਣ ਨੂੰ ਮਿਲਿਆ ਵੀ ਨੌਜਵਾਨ ਇੱਕਜੁੱਟ ਹੋ ਕੇ ਘਰੋਂ ਨਿਕਲੇ ਨੇ। ਲੋਕਾਂ ਨੂੰ ਇੱਕ ਲੋਕਾਂ 'ਚ ਵੀ ਥੋੜ੍ਹੀ ਜਿਹੀ ਮੈਂ ਕਹਿੰਦਾ ਵੀ ਦੂਰ ਅੰਦੇਸ਼ੀ ਸੋਚ ਰੱਖਿਆ ਕਰੋ, ਨੇੜੇ ਦੀ ਨਾ ਸੋਚਿਆ ਕਰੋ। ਵੀਰੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਸਾਡੇ 'ਚੋਂ ਤੁਸੀਂ ਲੀਡਰ ਨਾ ਦੇਖੋ, ਸਾਡਾ ਕਿੱਤਾ ਜਿਹੜਾ ਉਹ ਗਾਇਕੀ ਦਾ ਹੀ ਹੈ। ਅੱਜ ਅਸੀਂ ਇਸ ਮੁੱਦੇ ਨਾਲ ਤਾਂ ਜੁੜੇ ਹਾਂ ਕਿਉਂਕਿ ਇਹ ਸਾਡਾ ਨਿੱਜੀ ਫਰਜ਼ ਵੀ ਹੈ, ਮੈਂ ਵਾਰ ਵਾਰ ਕਹਿੰਦਾ ਸਾਡੀ ਹੋਂਦ ਦਾ ਮਸਲਾ ਵੀ ਹੈ। ਇਹ ਮੁੱਦਾ ਹੱਲ ਹੋ ਜੂਗਾ, ਅਸੀਂ ਆਪਦੇ ਕੰਮੀਕਾਰ ਹੀ ਲੱਗ ਜਾਂਗੇ, ਕਿਉਂਕਿ 2000 ਇਲੈਕਸ਼ਨ ਲੜਨੀ ਹੈ ਜਾਂ ਕੋਈ ਹੋਰ ਮੁੱਦੇ ਨੇ ਉਹ ਬਾਅਦ ਦੇ ਨੇ। ਅੱਜ ਜੇ ਕੋਈ ਮੁੱਦਾ ਹੋਣਾ ਚਾਹੀਦਾ ਤਾਂ ਕਿਸਾਨੀ ਦਾ ਹੋਣਾ ਚਾਹੀਦਾ। 2022 ਪਾਰਟੀਆਂ ਵੀ ਬਣਨਗੀਆਂ, ਵੋਟਾਂ ਵੀ ਪੈਣਗੀਆਂ, ਉਹ ਇੱਕ ਅਲੱਗ ਸਿਸਟਮ ਹੈ। ਅੱਜ ਕੋਈ ਮੁੱਦਾ ਹੋਣਾ ਚਾਹੀਦਾ ਕਿਸਾਨੀ ਦਾ। ਕਿਸਾਨੀ ਦਾ ਸੰਘਰਸ਼ ਸਾਡੇ ਜਿਹੜੇ ਬਜ਼ੁਰਗ ਨੇ ਇੱਕ ਲੰਬੇ ਅਰਸੇ ਤੋਂ ਲੜਾਈ ਲੜਦੇ ਆ ਰਹੇ ਨੇ, ਅਸੀਂ ਇੱਕਜੁੱਟਤਾ ਦੀ ਗੱਲ ਪਹਿਲੇ ਦਿਨ ਤੋਂ ਕਰ ਰਹੇ ਹਾਂ। ਮੈਨੂੰ ਇਹ ਗੱਲ ਨਹੀਂ ਸਮਝ ਲੱਗੀ ਵੀ ਜਦੋਂ ਆਪਾਂ ਅਸੀਂ ਤਾਂ ਬਾਈ ਨੂੰ ਮੂਹਰੇ ਲਾਇਆ ਸੀ ਵੀ ਬਾਈ ਤੂੰ ਯਾਰ ਸਾਡਾ ਤੂੰ ਕਿਉਂਕਿ ਵਧੀਆ ਬੁਲਾ ਰਹੇ, ਤੈਨੂੰ ਨੌਲੇਜ ਵੀ ਆ, ਪੜ੍ਹਿਆ ਲਿਖਿਆ ਵੀ ਆ, ਤੂੰ ਮੂਹਰੇ ਲੱਗ ਆਰਟਿਸਟ ਭਰਾਵਾਂ ਵੱਲੋਂ ਵੀ। ਉਹ ਮੂਹਰੇ ਲੱਗਿਆ, ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਅਤੇ ਬਾਈ ਨੇ ਕਹਿਤਾ ਵੀ ਸਾਡਾ ਟੋਟਲ ਤੌਰ 'ਤੇ ਸਮਰਥਨ ਆ। ਜਦੋਂ ਕੱਲ੍ਹ ਇਹ ਨਿਊਜ਼ ਆਈ, ਬਾਈ ਨੇ ਕਿਹਾ ਵੀ ਮੇਰਾ ਤਾਂ ਜੀ ਸਿੰਗਰਾਂ ਨੇ ਬਾਈਕਾਟ ਕਰਤਾ, ਇੱਕ ਵੀ ਕਿਸੇ ਆਰਟਿਸਟ ਨੇ ਭਰਾ ਨੇ ਬਾਈਕਾਟ ਨਹੀਂ ਕੀਤਾ, ਕਿਉਂਕਿ ਉਹ ਸਾਡਾ ਪਰਿਵਾਰ ਆ, ਸਾਡਾ ਭਰਾ ਹੈ ਨਾ ਕਿਸੇ। ਫਿਰ ਬਾਈ ਦੇ ਆਪਦੇ ਸੋਚ ਹੁੰਦੀ ਹਰ ਇੱਕ ਦੀ, ਬਾਈ ਕਹਿੰਦਾ ਵੀ ਜਿਹੜੀਆਂ ਜਥੇਬੰਦੀਆਂ ਨੇ ਇਹ ਬਕਾਊ ਨੇ, ਇਹ ਵਿਕ ਜਾਂਦੀਆਂ ਨੇ। ਸੋ ਆਪਾਂ ਨੂੰ ਮੈਨੂੰ ਲੱਗਦਾ ਇਹ ਗੱਲ ਕਹਿਣੀ ਮੁਨਾਸਿਬ ਨਹੀਂ ਹੈਗੀ ਇਸ ਟਾਈਮ 'ਤੇ, ਕਿਉਂਕਿ ਪੰਜੇ ਉਂਗਲੀਆਂ ਇੱਕ ਸਾਰ ਨਹੀਂ ਹੁੰਦੀਆਂ। ਮੈਂ ਵਾਰ ਵਾਰ ਕਹਿੰਦਾ ਵੀ ਪਹਿਲਾਂ ਲੜਾਈ ਖੇਤੀ ਦੀ ਸੀ, ਚਾਹੇ ਉਹ ਸਬਸਿਡੀ ਦੀ ਹੋਵੇ, ਚਾਹੇ ਉਹ ਸਾਡੀਆਂ ਫਸਲਾਂ ਦੇ ਰੇਟਾਂ ਦੀ ਹੋਵੇ, ਚਾਹੇ ਉਹ ਹੋਰ ਮੁੱਦੇ ਹੋਣ, ਅੱਜ ਲੜਾਈ ਖੇਤਾਂ ਦੀ ਆ। ਸੋ ਆਪਾਂ ਨੂੰ ਇੱਕਜੁੱਟਤਾ ਦੀ ਲੋੜ ਆ। ਆਪਾਂ ਆਪਸ 'ਚ ਇਹ ਕਰਕੇ ਵੀ ਉੱਥੇ ਉਹਨੇ ਧਰਨਾ ਲਾ ਲਿਆ, ਅਸੀਂ ਉੱਥੇ ਧਰਨਾ ਲਾ ਲਿਆ, ਲੋਕਾਂ 'ਚ ਫਾੜ ਨਾ ਪਾਈਏ। ਜੇ ਕੋਈ ਬਾਈ ਦੇ ਮਾੜਾ ਮੋਟਾ ਕੋਈ ਵਿਚਾਰਕ ਮਤਭੇਦ ਨੇ, ਅਸੀਂ ਮੈਂ ਬੇਨਤੀ ਕਰੂੰਗਾ ਵੀਰੇ ਨੂੰ ਵੀ ਤੁਸੀਂ ਜਥੇਬੰਦੀਆਂ ਨਾਲ ਬਹਿ ਕੇ ਨਿਬੇੜ ਲਓ, ਕਿਉਂਕਿ ਵਾਰ ਵਾਰ ਜਥੇਬੰਦੀਆਂ ਦਾ ਜ਼ਿਕਰ ਮੈਂ ਤਾਂ ਕਰ ਰਿਹਾ ਕਿਉਂਕਿ ਸਰਕਾਰ ਹੈ ਜਿਹੜੀ ਸੂਬੇ ਦੀ, ਸਾਡੇ ਨਾਲ ਮੀਟਿੰਗ ਤੋਂ ਪਹਿਲਾਂ ਜਥੇਬੰਦੀਆਂ ਉੱਥੇ ਜਾ ਕੇ ਆਈਆਂ ਨੇ ਅਤੇ ਸਰਕਾਰ ਨੇ ਵੀ ਇਹ ਉਹਨਾਂ ਨੂੰ ਸਮਰਥਨ ਦਿੱਤਾ ਕਿ ਕੋਰਟ ਵਾਲੀ ਲੜਾਈ ਅਸੀਂ ਲੜਾਂਗੇ, ਥੱਲੇ ਗਰਾਊਂਡ ਲੈਵਲ 'ਤੇ ਲੜਾਈ ਤੁਸੀਂ ਲੜੋ। ਤਾਂ ਕਰਕੇ ਅਸੀਂ ਬਾਈ ਤੋਂ ਪੁੱਛ ਕੇ ਜਥੇਬੰਦੀਆਂ ਨੂੰ ਸਮਰਥਨ ਦਿੱਤਾ ਸੀ। ਬਾਈ ਨਾ ਕਹਿੰਦਾ ਵੀ ਆਪਾਂ ਯਾਰ ਜਥੇਬੰਦੀਆਂ ਨੂੰ ਸਮਰਥਨ ਨਹੀਂ ਦੇਣਾ, ਆਪਾਂ ਆਪਣਾ ਅਲੱਗ ਹੋ ਕੇ ਲੜਨਾ, ਤਾਂ ਅਸੀਂ ਉਸ ਚੀਜ਼ 'ਤੇ ਵਿਚਾਰ ਕਰ ਲੈਂਦੇ। ਸਾਡੇ ਤੋਂ ਤਾਂ ਬਾਈ ਨੇ ਇਹ ਗੱਲ ਕਹਾਤੀ, ਫਿਰ ਉਹ ਗੱਲ ਉੱਥੇ ਮੈਂ ਕਹਿ ਕੇ ਹਟਿਆ ਵੀ ਜਦੋਂ ਬੰਦਾ ਜਵਾਨ ਤੋਂ ਹੀ ਫਿਰ ਗਿਆ ਤਾਂ ਫਿਰ ਉਹ ਬੰਦਾ ਕਹਦਾ ਜੀ, ਜਦੋਂ ਅਸੀਂ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਜਵਾਨ ਹੀ ਦਿੱਤੀ ਤਾਂ ਫਿਰ ਅਸੀਂ ਹੁਣ ਪਿੱਛੇ ਨਹੀਂ ਹਟ ਸਕਦੇ ਜਥੇਬੰਦੀਆਂ ਤੋਂ, ਅਸੀਂ ਰਲ ਕੇ ਚੱਲਾਂਗੇ ਜੀ ਜਥੇਬੰਦੀਆਂ। ਜਥੇਬੰਦੀਆਂ 'ਤੇ ਲੱਗਦੇ ਦੋਸ਼ ਕਿ ਬਕਾਊ ਆ, ਸਿਆਸੀ ਪਾਰਟੀਆਂ ਲੱਗਦੇ ਕਿ ਸਿਆਸਤ ਕਰਨ ਦੇ ਵਾਸਤੇ ਸਿਆਸੀ ਰੋਟੀਆਂ ਸਿੱਖੀ ਜਾਂਦੀਆਂ, ਕਿਤੇ ਇਸ ਦੇ ਵਿੱਚ ਵੀ ਦੀਪ ਸਿੱਧੂ 'ਤੇ ਤਾਂ ਨਹੀਂ ਆਰੋਪ ਲੱਗ ਰਹੇ, ਉਹਨਾਂ 'ਤੇ ਵੀ ਲੱਗ ਰਹੇ ਕਿ ਕਿਤੇ ਸਿਆਸੀ ਪਾਰਟੀ ਦੇ ਨਾਲ ਕਿਤੇ ਗੱਠਜੋੜ ਹੋ ਗਿਆ ਉਹਨਾਂ ਦਾ, ਇਹ ਜਿਹੜਾ ਸੰਘਰਸ਼ ਨੂੰ ਤੋੜਨ ਵਾਸਤੇ ਸਾਰਾ ਕੁਛ ਕੀਤਾ? ਦੇਖੋ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਦਾ ਵੀ ਮੈਂ ਇੱਕ ਉੱਦਾਂ ਦਾ ਬੰਦਾ ਵੀ ਜੋ ਮੇਰੇ ਦਿਲ 'ਚ ਗੱਲ ਹੈ ਉਹ ਮੈਂ ਮੂੰਹ 'ਤੇ ਹੀ ਬੋਲਦਾ, ਮੈਨੂੰ ਕੋਈ ਕਿਸੇ ਦਾ ਡਰ ਨਹੀਂ, ਚਾਹੇ ਸਾਡੇ ਬਜ਼ੁਰਗ ਬੈਠੇ ਨੇ। ਮੈਂ ਇੱਥੋਂ ਵੀ ਮੈਕ ਤੋਂ ਕਹੀ ਹੈ ਵੀ ਜਿੱਦਣ ਸਾਡੀ ਮੀਟਿੰਗ ਸੀਗੀ ਜਥੇਬੰਦੀਆਂ ਨਾਲ, ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ 31 ਜਥੇਬੰਦੀਆਂ ਨੇ, ਜਦੋਂ ਮੈਨੂੰ ਪਤਾ ਲੱਗਿਆ ਵੀ 31, ਮੈਂ ਆਪਦੇ ਦਿਮਾਗ 'ਚ ਸੋਚਿਆ ਯਾਰ ਵੀ ਜ਼ਿਲ੍ਹੇ ਬਾਈ ਨੇ ਅਤੇ ਜਥੇਬੰਦੀਆਂ 31। ਇੱਕ ਵਾਰੀ ਮੈਨੂੰ ਔੜ ਲੱਗਿਆ ਵੀ ਯਾਰ ਇੰਨੀਆਂ ਜਥੇਬੰਦੀਆਂ ਵੀ ਹਰੇਕ ਆਪਦੀ ਜਥੇਬੰਦੀ ਵੀ 4 ਬੰਦੇ ਇਕੱਠੇ ਹੋਏ ਜਥੇਬੰਦੀ, ਵੀ ਹੋ ਸਕਦਾ ਸਿਆਸੀ ਵੀ ਹੋਣ, ਹੋ ਸਕਦਾ ਨਿੱਜੀ ਵੀ ਹੋਣ, ਪਰ ਚਲੋ ਜੋ ਵੀ ਆ ਅੱਜ ਉਹਨਾਂ ਨੇ ਏਕੇ ਦਾ ਤਾਂ ਸੰਕੇਤ ਦਿੱਤਾ ਨਾ, ਅਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਵੀ 7 ਮੈਂਬਰ ਤੁਹਾਡੇ, 7 ਮੈਂਬਰ ਸਾਡੇ। ਹੁਣ ਆਪਾਂ ਜਥੇਬੰਦੀਆਂ ਨੂੰ ਬਕਾਊ ਕਿਵੇਂ ਕਹਿ ਦਾਂਗੇ ਜਦੋਂ ਉਹਨਾਂ ਨੇ ਸਾਨੂੰ ਆਪਸ਼ਨ ਹੀ ਦਿੱਤੀ ਵੀ 7 ਜਣੇ ਤੁਸੀਂ ਹੋ, 7 ਜਣੇ ਅਸੀਂ ਹਾਂ। ਜੇ ਅੱਜ ਆਪਾਂ ਜਥੇਬੰਦੀਆਂ ਨੂੰ ਬਕਾਊ ਕਹਾਂਗੇ ਤਾਂ ਫਿਰ ਨਾਲ ਜਿਹੜੇ ਸਾਡੇ 7 ਭਰਾ ਨੇ, ਫਿਰ ਬਕਾਊ ਤਾਂ ਸਿੱਧੇ ਤੌਰ 'ਤੇ ਉਹ ਵੀ ਹੋ ਗਏ ਨਾ। ਤੁਸੀਂ ਕਲਾਕਾਰ ਤੌਰ 'ਤੇ ਸਾਡੇ ਨੌਜਵਾਨ ਫੋਲੋ ਕਰਦੇ ਆ, ਸਾਨੂੰ ਸੜਕਾਂ 'ਤੇ ਆਏ ਆਪਾਂ ਮੰਨਦੇ ਹਾਂ, ਚਲੋ ਰੋਸ ਆਪਣੇ ਕਰਕੇ ਵੀ ਆਇਆ, ਅਸੀਂ ਅਵੇਅਰ ਵੀ ਕੀਤਾ, ਸਾਡਾ ਫਰਜ਼ ਵੀ ਬਣਦਾ ਸੀ। ਪਰ ਜਦੋਂ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਸਿੱਧੇ ਤੌਰ 'ਤੇ ਬਾਈ ਫੋਨ ਬੰਦ ਕਰ ਲਿਆ, ਸਿੱਧੇ ਤੌਰ 'ਤੇ ਇਹ ਗੱਲ ਕਹਿਤੀ ਸੀ
भी एक टीम बना लो, सत तुसी सत असी आप रल के चलते हैं। फिर मैनू लगता भी कितना कितने ये गल कहनी उन्होंने गलत सी भी ये बकाऊ ने असी इन्हां नाल नहीं चल सकते। जे कहनी सी बाई ने तो फिर उस दिन मीटिंग दे विच कह दिंदा भी मैं जथेबंदियों नाल नहीं चलना। उत्थे तां क्या आ हुण देखो उत्थे उन्होंने कहता वीडियो भी तुसी देखो डेली पोस्ट ते ही आ भी समर्थन हाँ जी साडा जथेबंदियों नूं असीं उहदे पिछे असीं भी समर्थन देता भी साडा भी समर्थन आ। अज बाई अड हो गया आपदा मोर्चा ला लिया लोग सानू कहिंदे यार तुसीं अडो पार्टी हो गए हुण असीं अडो पर साडा कसूर तां दसो की है जी। जदों साडे बजुर्गां नूं असीं जवान ही देती तां जे असीं मुकर जांदे तां फिर साडे बजुर्ग की सोचदे साडे बारे भी नवीं मंडीर नूं भड़काउंदे फिरदे ने आपदा अलग तुरदे फिरदे ने। फिर एका कित्थे रहि जांदा जिहड़ा पहले दिन तों असीं रौला पाउंदे फिरदे आ भी इक हो के चलीए इक हो के चलीए। जथेबंदियों के एके नाल की होया 14 जथेबंदियां 7 तरीक नूं हरियाणे दियां साडे नाल ने 2 जथेबंदियां मध्य प्रदेश दियां ते इन्हां धरनियां करके सरकार ते इन्ना ज़्यादा प्रैशर पै गया। पंजाब लैवल ते एक कमेटी बनी केंद्र सरकार दी जिन्हां ने कहा कि साडे नाल गलबात करो। तुहानूं पता होवे कल परसों कोई बीजेपी का इत्थे मिनिस्टर आके गया पंजाब च वह क्यों आया वह माहौल चैक कर आया भी पंजाब च माहौल की आया भी सिख फेस है कल आया। हाँ जी हरदीपपुरी हरदीप आया तो सियाने हो जी वो चैक ही करना आया सी माहौल की है तो भेजा भी सिख फेस सी सरकार ते प्रेशर है ना जी सीधे तौर पर यह तो जथे ये तो नकारा नहीं कर सकते। अज मुद्दा भी बिकन बकाउण दा नहीं हैगा जे कोई सरकार भी इन्हां बिलां दे हक च खड़ूगी तो मैं गिणती लिख के दे सकदा दावे नाल कि पंजाब दे लोक तख्ता पलट देणगे उस वेले कदे माफ़ नहीं जिंदगी च भुल जाण जिहड़े बिलां दे नाल केंद्र दी सरकार नाल खड़नगे भी मुड़ के वह सत्ता च आ जाणगे। सो साडा सानू जिहड़े बंदे बुद्धिजीवी बाहरले मुल्कां तों सानू कहिंदे आ वी तुसीं आडो पार्ट होवे तुसीं दीप बाई दे नाल नहीं चले सानू तां इह चीज़ सुण के दुख लगी वी यार एक संघर्ष मोर्चा बड़े लंबे अरस तों बाद पंजाब च इक लहर चली आ वी आपां इहनूं क्यों अड अड कर लिया जे विचारक तुहाडे मतभेद सीगे तां तुसीं बहि के नबेड़ लैंदे ना उहनां नूं छड्डी अड होण वाले यार उहनां नूं छड्डी आपां ਤੁਹਾਡੇ ਨਾਲ ਜਿਹੜੇ ਗਾਇਕ ਐਸੋਸੀਏਸ਼ਨ ਨਾਲ ਜੁੜੇ ਹੋਏ ਤੁਸੀਂ ਨਿਰੰਤਰ ਸੰਘਰਸ਼ ਜਾਰੀ ਰੱਖੋਗੇ ਔਰ 6-8-10 ਦਿਨਾਂ ਦਾ ਪ੍ਰੋਗਰਾਮ ਹੈ ਚਾਹੇ ਰਿਲਾਇੰਸ ਪੰਪ ਘੇਰਨ ਦਾ ਚਾਹੇ ਮਲਟੀਨੈਸ਼ਨਲ ਕੰਪਨੀਆਂ ਨੂੰ ਉਹਦੇ ਵਿੱਚ ਕੀ ਰੋਲ ਰਹੇਗਾ ਬਾਈ ਜੀ 6-8-10 ਨਹੀਂ ਜਦੋਂ ਤੱਕ ਇਹ ਸੰਘਰਸ਼ ਚੱਲੂਗਾ ਉਦੋਂ ਤੱਕ ਪ੍ਰੋਪਰ ਤੌਰ 'ਤੇ ਦੇਖੋ ਗੱਲ ਵਾਰ ਵਾਰ ਮੈਂ ਕਲੀਅਰ ਕਰਦਾ ਵੀ ਵਾਰ ਜਥੇਬੰਦੀਆਂ 'ਤੇ ਸਵਾਲ ਕਿਉਂ ਉੱਠਦਾ ਧੂੰਆਂ ਉੱਥੋਂ ਹੀ ਉੱਠੂਗਾ ਨਾ ਜਿੱਥੇ ਅੱਗ ਲੱਗੀ ਹੋਊਗੀ ਪਹਿਲਾਂ ਰੈਕਡ ਆ ਜਿਹੜਾ ਉਹ ਨਹੀਂ ਕਲੀਨ ਰਿਹਾ ਪਰ ਪਹਿਲਾਂ ਪੰਜਾਬ ਦੇ ਮੁੱਦੇ ਹੋਰ ਸੀ ਅੱਜ ਇਹ ਮੁੱਦਾ ਹੋ ਰਿਹਾ ਅੱਜ ਸਾਡੀ ਹੋਂਦ ਦਾ ਮੁੱਦਾ ਹੈ ਆਉਣ ਵਾਲੀਆਂ ਨਸਲਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਖਾਊਗਾ ਕਿ ਪੰਜਾਬ ਨੂੰ ਸਿਰਜਿਆ ਹੀ ਨਹੀਂ ਜਾ ਸਕਦਾ ਖੇਤੀ ਤੋਂ ਬਿਨਾਂ। ਅੱਜ ਜਿਹੜਾ ਵੀ ਬੰਦਾ ਅੱਗੇ ਜਾ ਕੇ ਤੁਹਾਨੂੰ ਲੱਗਦਾ ਵੀ ਕੋਈ 19-21 ਸਟੈਂਡ ਤੋਂ ਥੱਲੇ ਹੋ ਗਿਆ ਤਾਂ ਪੰਜਾਬ ਦੇ ਲੋਕ ਉਹਨੂੰ ਬਖਸ਼ਣਗੇ ਨਹੀਂ। ਫਿਰ ਅਸੀਂ ਮੰਨ ਲਓ ਤੁਸੀਂ ਸੋਚੋ ਵੀ ਅਸੀਂ ਕਲਾਕਾਰ ਵੀ ਇਕੱਠੇ ਹੋ ਜਾਂਦੇ ਸਰਕਾਰ ਵੀ ਇਕੱਠੇ ਫਿਰ ਜਥੇਬੰਦੀਆਂ ਅਲੱਗ ਚੱਲਦੀਆਂ ਇਹ ਕਦੇ ਵੀ ਨਹੀਂ ਹੋ ਸਕਦਾ ਇਹ ਲੜਾਈ ਇਹਨਾਂ ਦੀ ਹੈ। ਜਦੋਂ ਉੱਤੇ ਬੁਲਾਉਣਾ ਤਾਂ ਜਥੇਬੰਦੀਆਂ ਦੇ ਮੈਂਬਰਾਂ ਨੂੰ ਬੁਲਾਉਣਾ ਉਹਨਾਂ ਨੇ ਕਲਾਕਾਰਾਂ ਨੂੰ ਨਹੀਂ ਬੁਲਾਉਣਾ ਹੈਗਾ। ਸੋ ਤਾਂ ਕਰਕੇ ਮੇਰੀ ਤਾਂ ਹਲੇ ਵੀ ਬੇਨਤੀ ਆ ਵੀ ਆਪਾਂ ਇੱਕ ਹੋ ਕੇ ਚੱਲੀਏ ਇੱਕੇ 'ਚ ਹੀ ਪਹਿਲੇ ਦਿਨ ਤੋਂ ਜਦੋਂ ਆਪਾਂ ਹੁੱਕਾ ਦਿੰਦੇ ਹੁੰਦੇ ਹਾਂ ਇਹ ਤੁਸੀਂ ਇਹ ਪਰੂਫ ਹੈ ਵੀ ਬਾਈ ਨੂੰ ਗੱਬੇ ਬੈਠਾ ਕਾਲੀ ਟੀ ਸ਼ਰਟ ਪਾਈ ਹੈ ਮੈਂ ਇੱਧਰਲੇ ਪਾਸੇ ਬੈਠਾ ਬਾਈ ਨੇ ਕਿਹਾ ਵੀ ਪ੍ਰੋਪਰ ਤੌਰ 'ਤੇ ਸਾਡਾ ਸਮਰਥਨ ਜਥੇਬੰਦੀਆਂ ਨੂੰ ਇਹ ਲੜਾਈ ਲੰਬੀ ਆ ਅਸੀਂ ਰਲ ਕੇ ਚੱਲਾਂਗੇ 14 ਮੈਂਬਰੀ ਕਮੇਟੀ ਬਣੂਗੀ। ਫਿਰ 3 ਦਿਨਾਂ ਬਾਅਦ ਆਪਾਂ ਇਹ ਕਿਉਂ ਕਹਿ ਰਹੇ ਹਾਂ ਵੀ ਜਥੇਬੰਦੀਆਂ ਵਿਕ ਜਾਣਗੀਆਂ ਇਹ ਗੱਲ ਤੁਸੀਂ ਉੱਥੇ ਉਹਨਾਂ ਦੇ ਮੂੰਹ 'ਤੇ ਕਿਉਂ ਨਹੀਂ ਕਹੀ ਕਿਸਾਨ ਕਿਤੇ ਨਾ ਕਿਤੇ ਮਾਯੂਸ ਗੁੰਮਰਾਹ ਕਰ ਰਹੇ ਹੋ ਇਸ ਵਕਤ ਲੋੜ ਹੈ ਉੱਥੇ ਇਹਨਾਂ ਦੀ ਚੀਜ਼ਾਂ ਤੋਂ ਬਚਣਾ ਚਾਹੀਦਾ ਕਰਾਂਗੇ ਇਹ ਜਿਹੜਾ ਕਹਿੰਦੇ ਆ ਨਾ ਵੀ ਮੋਰਚੇ ਨੂੰ ਸੰਨਣ ਲੱਗ ਗਿਆ ਇਹ ਉਹ ਚੀਜ਼ ਹੈ। ਸੋ ਅਸੀਂ ਉਹ ਵੀਰ ਤੋਂ ਇਹ ਆਸ ਨਹੀਂ ਕਰਦੇ ਸੀ ਵੀ ਇੱਦਾਂ ਕੋਈ ਰਾਤੋ ਰਾਤ ਬਿਆਨ ਆਊਗਾ ਅਤੇ ਲੋਕ ਜਿਹੜੇ ਬਾਹਰਲੇ ਬੁੱਧੀਜੀਵੀ ਬੈਠੇ ਨੇ ਤੁਸੀਂ ਇਹ ਗੱਲ ਨੂੰ ਵਿਚਾਰੋ ਇਹ ਕੋਈ ਸਮਰਥਨ ਮੈਂ ਨਹੀਂ ਦਿੱਤਾ ਹੈਗਾ ਇਕੱਲਾ ਜਥੇਬੰਦੀਆਂ ਨੂੰ ਜਾਂ ਇਹ ਜਸ ਬਾਜਵੇ ਦਾ ਰੌਲਾ ਨਹੀਂ ਹੈਗਾ ਇਹ ਮੇਰਿਆਂ ਖੇਤਾਂ ਮੇਰਾ ਤਾਂ ਨਿੱਜੀ ਫਰਜ਼ ਹੈ ਜੇ ਮੈਂ ਕਲਾਕਾਰ ਨਾ ਹੁੰਦਾ ਤਾਂ ਵੀ ਮੈਂ ਧਰਨਿਆਂ 'ਚ ਆਉਂਦਾ। ਪਰ ਕਿਤੇ ਨਾ ਕਿਤੇ ਤੁਸੀਂ ਇਸ ਗੱਲ ਨੂੰ ਸੋਚੋ ਤਾਂ ਸਹੀ ਵੀ ਜਦੋਂ ਆਪਾਂ ਇੱਕ ਗੱਲ ਜਵਾਨ ਕਰਕੇ ਆਏ ਹਾਂ ਵੀ ਜਿਹੜਾ ਬੰਦਾ ਜਵਾਨ ਤੋਂ ਹੀ ਮੁੱਕਰ ਗਿਆ ਫਿਰ ਉਹ ਕੱਲ੍ਹ ਨੂੰ ਉਹਦੇ 'ਤੇ ਅਸੀਂ ਕਿਵੇਂ ਯਕੀਨ ਕਰ ਲਾਂਗੇ। ਸੋ ਮੇਰਾ ਕੋਈ ਦੀਪ ਬਾਈ ਨਾਲ ਉਹਨਾਂ ਨੇ ਮੈਨੂੰ ਨਹੀਂ ਪਤਾ ਉਹਨਾਂ ਦੀ ਮਨਸ਼ਾ ਕੀ ਹੈ ਕੋਈ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਸਿਆਸਤ 'ਚ ਆਉਣਾ ਅਸੀਂ ਮੈਂ ਪਹਿਲਾਂ ਕਹਿ ਕੇ ਹਟਿਆ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਹੈ ਪਰ ਅੱਜ ਉਹ ਮੁੱਦਾ ਨਹੀਂ ਹੋਣਾ ਚਾਹੀਦਾ। ਅੱਜ ਮੁੱਦਾ ਹੋਣਾ ਚਾਹੀਦਾ ਇਹਨਾਂ ਬਿੱਲਾਂ ਦਾ ਬਾਈਕਾਟ ਕਰਵਾ ਦਿਉ ਦੀਪ ਬਾਈ ਕਰਵਾ ਦੇਵੇ ਮੈਂ ਕਹਿੰਦਾ ਮੈਂ ਅੱਗੇ ਹੋ ਕੇ ਲੜੂੰਗਾ ਬਾਈ ਦੇ ਕਹੂੰਗਾ ਲੋਕਾਂ ਨੂੰ ਵੀ ਯਾਰ ਸਾਡਾ ਬਾਈ ਨੇ ਹੱਲ ਕਰਵਾ ਤਾ ਅਸੀਂ ਇਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਅਸੀਂ ਬਾਈ ਨੂੰ ਬਾਈ ਦਾ ਸਮਰਥਨ ਦੇਣਾ। ਪਰ ਅੱਜ ਮੁੱਦਾ ਕੁਛ ਹੋਰ ਹੈ ਅੱਜ ਮੁੱਦਾ ਸਿਰਫ ਇਕੱਠੇ ਚੱਲਣ ਦਾ ਅਤੇ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ ਦਾ ਅੱਜ ਆਪਦੇ ਆਪਦੇ ਰਾਹ ਪਾੜ ਕੇ ਚੱਲਣ ਦੀ ਗੱਲ ਨਹੀਂ ਹੈਗੀ। ਸੋ ਮੈਨੂੰ ਲੱਗਦਾ ਜੇ ਕੋਈ ਥੋੜ੍ਹੇ ਮੋਟੇ ਮਾੜੇ ਮੋਟੇ ਚਲੋ ਵੱਡਾ ਸੰਘਰਸ਼ ਹੈ ਚੱਲ ਹੋ ਜਾਂਦਾ ਮਨੋਂ ਮਟਾਵ ਭਰਾਵਾਂ 'ਚ ਘਰ 'ਚ ਵੀ ਦੋ ਭਾਂਡੇ ਪੰਜਾਬੀਆਂ ਦਾ ਸਭ ਸੁਭਾਅ ਤਾਂ ਉੱਦਾਂ ਵੀ ਥੋੜ੍ਹਾ ਜਿਹਾ ਅੜਦਾ ਇਸ ਪੱਖੋਂ ਜੇ ਕੋਈ ਬਾਈ ਦੇ ਦਿਲ 'ਚ ਕੋਈ ਗੱਲਬਾਤ ਹੈਗੀ ਉਹ ਕਲੀਅਰ ਕਰ ਲਵੇ ਬਾਈ ਜਥੇਬੰਦੀਆਂ ਸਾਰੀਆਂ ਦੇ ਮੈਨੂੰ ਫੋਨ ਆਏ ਨੇ ਉਹ ਬਹਿਣ ਨੂੰ ਤਿਆਰ ਨੇ। ਬਿਲਕੁਲ ਬਿਲਕੁਲ ਤੁਸੀਂ ਸੁਣ ਰਹੇ ਸੀ ਸਾਰੀ ਗੱਲਬਾਤ ਜਸ ਬਾਜਬਾਈ ਨੇ ਕਿਸ ਤਰ੍ਹਾਂ ਦੇ ਨਾਲ
होका दिता है कि कट्ठे हो के लड़ लीए किसानों के संघर्ष में किसानों को लोड़ है इस वक्त अपने भविख के जो खतरा है चाहे बेशक वो फसलों का है चाहे एम एस पी का है चाहे होर चीज़ों का होर भी किसानों जथेबंदियों के नाल गल थोड़ी करावे निरंतर 1 अक्टूबर तो रेल ट्रैकों जाम किया है कहें किसान पूरे पंजाब गायकों ने भी खुले दिल नाल किसानों का साथ दिता है इन्हों के धरने पहुँच रहे हैं गायक तुसी देख रहे थे लाइव स्क्रीन उत्ते जस बाजवा हरमिंदर नूरपुरी होर भी इन्हों गलबात करते हैं इतने तो सुनाते हैं कि अगली रणनीति किसानों की किस तरह साथ दे संघर्ष किमें देखते असी देखना की है जी बस जब तक केंद्र की सरकार असी तो प्रोपर बिना बिलों का बाईकाट करते हैं कोई इन्हों सोध नहीं चाहते कोई असी नहीं क्योंकि पंजाब नूं इन्हां बिलों की लोड़ ही नहीं सी करके खाने वाले लोग सी मेहनत मजदूरी भी कह सकते हैं हुण तां किसान है जिहड़ा अपने खेतों का राजा है किसी के कोले मंगण नहीं जांदा अन्नदाते दा नारा उदों दित्ता गया सी जदों पंजाब ते हरियाणा सूबा जदों ये ड्यूटी लाई सी हिंदुस्तान ने भी तुसीं सारे हिंदुस्तान का ढिड भरना है अन्नदाता शब्द है जिहड़ा उदों सानू गवर्नमेंट ने दित्ता सी हुण उहनां दा आपदा मतलब निकल गया हुण इह थोड़ी है भी सानू टिशू पेपर असीं आपदा करके खा रहे हां कोई केंद्र सरकार तों मंग तां कुछ नहीं रहे तां हुण सीधे तौर ते जिहड़ियां साडे कोल पंजाब दे लोकां कोल की है जिमीदारां कोल की है हौसला जिमीदारां नूं किहदे नाल जमीन नाल साडे तां सीधे तौर ते मैं तुहानूं साडे तां रिश्ते भी जमीनां नूं देख के हुंदे ने असीं तां छड़े मर जाएंगे सारे इह पुछांगे भी जमीन किहदे कोल है तां जी साडे कोल है पर अडानियां कोल है पंजाब तो जी ब्याह नहीं होने हिसाब न सो तां करके पंजाब नाल तुसी पंजाब नूं जिथे पंजाब खड़ा है तुसी जे इहनूं अगे नहीं लिजा सकते तुसी इहनूं पिछे लैके जाण दी भी कोशिश ना करो सानू साडे हाल ते छड्ड दो साडे बहुत भरा ने बाहरलियां मुल्कां च चले गए पंजाबियां दा इतिहास रहा कि कदे किसी ने हत्थ नहीं अड्डिया किसी मूहरे थोनू दिल्ली ते साडी भाजी ही होगी असी दत्ता बहुत कुछ होगा पर दिल्ली तो कदे कुछ लिया नहीं हत्थ अड्ड के यह इतिहास गवाह हुण मैं बड़ा ब्रीवली नहीं जाना चाहुंदा सो टोटल तौर ते इहनां बिलां दा बाईकाट करदे आ जी बाईकाट करदे आ ना सोध नहीं चाहुंदे कोई ते साडे सारे भरा डटे होए ने जदों तक केंद्र दी सरकार साडियां मंगां नहीं मन्नदी सियासी पार्टियां वल्लों लगातार कहा जा रहा कि किसान हितैषी आ असी किसानां दे नाल खड़ी आ परंतु अज तक कोई भी सियासी पार्टी अपना झंडा छड्ड के किसानां दे नाल नहीं खड़ी हुई अज राहुल गांधी वल्लों ट्रैक्टर रैली की जा रही वक्रे तौर ते किवें देखदे हो देखो मैनू सियासत का बड़ा कोई भेद है नहीं अस तां वट्टा ते पलके बड़े हुए आपके बजुर्गों के सुहागियां च बह के बलदां वालियां च बड़े हुए क्योंकि छोटे जिमीदार हैं मध्य वर्ग परिवार चों आए हैं शुरू तो गाउण का शौक सीगा सो ज़्यादा रुझान आ जिहड़ा उधर नूं ही रहा अज आ के जदों उन्हां खेतां नाल असीं इन्हां खेतां की मंग क्यों कर रहे हैं साडा इक इतिहास जुड़िया पंजाब नूं तुसीं खेती तो बिना सिरज ही नहीं सकते पंजाब की कल्पना ही नहीं कर सकते खेतों तो बिना सो साडियां वो यादां ने जिहड़ियां वो खेतों नाल जुड़ियां जदों सीधे तौर पर साडे तो साडी जमीन ही खोह ली तां करके असीं आए हां सरकारां की करदियां ने की नहीं करदियां इहदे बारे देखो मैनूं नहीं पता क्योंकि मैं कोई पोलीटिकली बड़ा स्ट्रोंग नहीं हैगा ना मैनूं नॉलेज है सो मैं ये बेनती करदा जे अज तुसीं साडा साथ देना तां आपदे झंडे छड्ड के साडे नाल किसान यूनियन दे जथे थल्ले आओ आपदे झंडे छड्ड के आओ पहलां वी मैं इह गल कही आ वी इदां पार्टियां ना लैके आओ आपदियां तुसीं हल करा दो साडा इह बिलां नूं रद्द करवा दो तां पंजाब दे लोकां ने सत्ता तां तुहानूं उद्दां ही थाली च पा के दे देणी आ वी तुसीं हल करवाता क्योंकि इहनां बिलां तों उत्ते हुण कोई मुद्दा ही नहीं अज पंजाब च सो सियासी जिन्नियां वी पार्टियां ने जे खड़ना है तां किसानां दे नाल खड़ो इदां रैलियां कढ के पंजाब च ही देखो मैनूं लगदा जे पंजाब च दिल्ली तक जदों तक कोई चणक नहीं लगदी ना असीं हुण टोल प्लाजे भी रोके हुए ने केंद्र दे ने पेट्रोल पंप भी ने रिलायंस के ने तो मैं बार बार एक थोड़े चैनल से जरूर कहना भी जियो का प्रोपर तौर पर रिलायंस का बाईकाट करो ना उन्होंने तेल पाओ उन्होंने सिमां भी बंद करो तो जो उत्थे हलचल हो हलचल जरूरी है क्योंकि नैशनल मीडिया साड़ी गल नहीं सुन रहा उत्थे तो ए भी पंजाब कुछ हो ही नहीं रहा पंजाब जीवन आम तरीके चल रहा है जो सरकार ने साडे नाल खड़ना तो आपके झंडे छड्ड के अज किसानों का मुद्दा हल कराओ बाकी सियासत बाद चो करी जाए 2022 बहुत दूर है हले ਤੁਸੀਂ ਏਕਤਾ ਦੀ ਗੱਲ ਕੀਤੀ ਹੈ ਭਾਸ਼ਣ ਦੇ ਵਿੱਚ ਵੀ ਕਿਹਾ ਏਕੇ ਦੀ ਗੱਲ ਕੀਤੀ ਆ ਲੱਖਾਂ ਸਿਧਾਣਾ ਅਤੇ ਦੀਪ ਸਿੱਧੂ ਆਪਣਾ ਵੱਖਰੋ ਵੱਖਰੇ ਜਿਹੜੇ ਧਾਨੇ ਲਗਾਏ ਹੋਏ ਆ ਕਿਤੇ ਕੱਲ੍ਹ ਨੂੰ ਇੱਕ ਕਲੰਕ ਤਾਂ ਨਹੀਂ ਲੱਗ ਜੂ ਕਲਾਕਾਰਾਂ ਅਤੇ ਸਮਾਜ ਸੇਵੀਆਂ 'ਤੇ ਜੋ ਸਿਆਸੀ ਪਾਰਟੀਆਂ 'ਤੇ ਲੱਗ ਰਿਹਾ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਤਾਰ ਪੀਟੋ ਕੀਤਾ ਜਾ ਰਿਹਾ ਇਹ ਗੱਲ ਮੇਰੇ ਕੋਲ ਕੱਲ੍ਹ ਦੀ ਆਈ ਹੈ ਦੇਖੋ ਪਤਾ ਨਹੀਂ ਕਿਉਂ ਮੈਨੂੰ ਨਹੀਂ ਪਤਾ ਕਿਉਂ ਇਹ ਚੀਜ਼ਾਂ ਵਾਪਰ ਰਹੀਆਂ ਨੇ ਨਾ ਮੈਨੂੰ ਇੰਨੀ ਇਹਨਾਂ ਚੀਜ਼ਾਂ ਦੀ ਸਮਝ ਹੈ ਜੀ ਕਿ ਜਦੋਂ ਦੀਪ ਸਾਡਾ ਸਿੱਧੂ ਭਰਾ ਸਾਡਾ ਬਹੁਤ ਤੋਂ ਨੌਲੇਜ ਰੱਖਦਾ ਹੈ ਅਸੀਂ ਉਹਨੂੰ ਅੱਗੇ ਲਾਇਆ ਹੋਇਆ ਸੀ ਜਦੋਂ ਅਸੀਂ ਕਿਸਾਨ ਭਵਨ 'ਚ ਗਏ ਹਾਂ ਜੀ ਅਸੀਂ ਮੈਨੂੰ ਇਹ ਦੁੱਖ ਲੱਗਿਆ ਬਹੁਤ ਕਿਉਂਕਿ ਲੋਕਾਂ ਨੇ ਮੀਡੀਆ ਦੇ ਥਰੂ ਹੋਰ ਮੁੱਦੇ ਵਰਸਸ ਕਰਤਾ ਦੀਪ ਸਿੱਧੂ ਵਰਸਸ ਜਸ ਬਾਜਵਾ ਇੱਕ ਪਲੇਟਫਾਰਮ ਉਹ ਨਹੀਂ ਇੱਦਾਂ ਨਹੀਂ ਹੈਗਾ ਸਾਡਾ ਇੱਕ ਹੀ ਟਿੱਚਾ ਪਹਿਲੇ ਦਿਨ ਤੋਂ ਇੱਕ ਹੀ ਸੋਚ ਹੈ ਅਸੀਂ ਇਹਨਾਂ ਬਿੱਲਾਂ ਦਾ ਵਿਰੋਧ ਕਰਾਉਣਾ ਅਤੇ ਅਸੀਂ ਕਰਾ ਕੇ ਰਹਾਂਗੇ ਸਾਡਾ ਕੋਈ ਆਪਸ 'ਚ ਮਤਭੇਦ ਨਹੀਂ ਹੈਗਾ ਟਾਰਗੇਟ ਸਾਡਾ ਇੱਕ ਹੈ ਪਰ ਉੱਥੇ ਕੀ ਹੋਇਆ ਜੀ ਦੇਖੋ ਸਿੱਧੇ ਤੌਰ 'ਤੇ ਸਾਡੇ ਬਜ਼ੁਰਗ ਨੇ ਇਹ ਲੜਾਈ ਬਹੁਤ ਲੰਬੇ ਚਿਰ ਤੋਂ ਲੜਦੇ ਆ ਰਹੇ ਨੇ ਅਸੀਂ ਨੌਜਵਾਨ ਹਾਂ ਅਸੀਂ ਕੱਲ੍ਹ ਆਏ ਹਾਂ
ਜਦੋਂ ਕਿਸਾਨ ਭਵਨ 'ਚ 31 ਜਥੇਬੰਦੀਆਂ ਨੂੰ, ਬਲਕਿ ਮੇਰੇ ਕੋਲ ਦੀਪ ਬਾਈ ਦੀ ਵੀਡੀਓ ਵੀ ਪਈ ਹੈ ਜਿੱਥੇ ਉਹਨਾਂ ਨੇ ਉਹਨਾਂ ਦੇ ਐਗਜ਼ੈਕਟ ਸ਼ਬਦ ਨੇ ਕਿ ਸਾਡੇ 'ਚ ਜੀ ਅੱਜ ਇਹ ਫੈਸਲਾ ਹੋਇਆ, ਪੰਜਾਬ ਦੀਆਂ 31 ਜਥੇਬੰਦੀਆਂ ਅਤੇ ਸਾਡੇ ਆਰਟ ਨਾਲ ਜੁੜੇ ਹੋਏ ਭਰਾ ਇਹ ਲੜਾਈ ਇੱਕਜੁੱਟ ਹੋ ਕੇ ਚੱਲਣਗੇ, ਰਲ ਕੇ ਚੱਲਾਂਗੇ, ਕਿਉਂਕਿ ਇਹ ਲੜਾਈ ਲੰਬੀ ਹੈ, ਸਾਡਾ ਕੰਮ ਹੈ ਜੋੜਨਾ ਨਾ ਕਿ ਤੋੜਨਾ। ਤਾਂ ਫਿਰ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਉਂ ਕਿਸਾਨ ਜਥੇਬੰਦੀਆਂ ਦਾ ਇੱਕਦਮ ਹੀ ਉਹਨਾਂ ਦੇ ਦਿਲ 'ਚ ਕੀ ਆਇਆ, ਬਾਈਕਾਟ ਕਰਤਾ, ਜੇ ਕੋਈ ਗੱਲਬਾਤ ਸੀਗੀ ਉਹਨਾਂ ਦੇ ਦਿਲ 'ਚ। ਤਾਂ ਬਾਈ ਆਪ ਕਹਿੰਦਾ ਹੁੰਦਾ ਵੀ ਜਦੋਂ ਤੱਕ ਆਪਾਂ ਬਹਿ ਕੇ ਸੰਵਾਦ ਨਹੀਂ ਕਰਾਂਗੇ ਉਦੋਂ ਤੱਕ ਕਿਸੇ ਚੀਜ਼ ਦਾ ਹੱਲ ਨਹੀਂ ਨਿਕਲੂਗਾ। ਸੋ 7 ਤਰੀਕ ਤੱਕ ਸਾਡਾ ਜਵਾਨ ਹੋਈ ਹੋਈ ਸੀ ਜਥੇਬੰਦੀਆਂ ਨਾਲ ਕਿ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਅਸੀਂ ਪ੍ਰੋਪਰ ਤੌਰ 'ਤੇ ਸਮਰਥਨ ਵੀ ਹੈ ਅਤੇ ਸਾਥ ਵੀ ਦੇਵਾਂਗੇ। ਤਾਂ 7 ਤਰੀਕ ਕੋਈ ਬਾਹਲੀ ਦੂਰ ਨਹੀਂ ਸੀ, ਬਾਈ ਗੱਲਬਾਤ ਕਰ ਲੈਂਦਾ ਉਹਨਾਂ ਨਾਲ ਬਹਿ ਕੇ, ਜੇ ਕੋਈ ਉਹਨੂੰ ਵਿਚਾਰਕ ਉਹਦੇ ਮਾੜੇ ਮੋਟੇ ਮਤਭੇਦ ਸੀ ਕਲੀਅਰ ਹੋ ਜਾਂਦੇ ਤਾਂ ਲੋਕਾਂ 'ਚ ਇਹ ਇਮੇਜ ਨਾ ਜਾਂਦੀ ਵੀ ਉਹਨੇ ਆਪਦਾ ਅਲੱਗ ਧਾਰਨਾ ਕਰ ਲਿਆ, ਕਿਉਂਕਿ ਇੱਕ ਨੌਜਵਾਨੀ ਜਿਹੜੀ ਲਹਿਰ ਆ ਅੱਜ ਇੱਕ ਮੰਚ 'ਤੇ ਲੋਕਾਂ 'ਚ ਜੋਸ਼ ਹੈ, ਬਹੁਤ ਇੱਕ ਬਹੁਤ ਚਿਰਬਾ ਦੇ ਜੋਸ਼ ਦੇਖਣ ਨੂੰ ਮਿਲਿਆ ਵੀ ਨੌਜਵਾਨ ਇੱਕਜੁੱਟ ਹੋ ਕੇ ਘਰੋਂ ਨਿਕਲੇ ਨੇ। ਲੋਕਾਂ ਨੂੰ ਇੱਕ ਲੋਕਾਂ 'ਚ ਵੀ ਥੋੜ੍ਹੀ ਜਿਹੀ ਮੈਂ ਕਹਿੰਦਾ ਵੀ ਦੂਰ ਅੰਦੇਸ਼ੀ ਸੋਚ ਰੱਖਿਆ ਕਰੋ, ਨੇੜੇ ਦੀ ਨਾ ਸੋਚਿਆ ਕਰੋ। ਵੀਰੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਸਾਡੇ 'ਚੋਂ ਤੁਸੀਂ ਲੀਡਰ ਨਾ ਦੇਖੋ, ਸਾਡਾ ਕਿੱਤਾ ਜਿਹੜਾ ਉਹ ਗਾਇਕੀ ਦਾ ਹੀ ਹੈ। ਅੱਜ ਅਸੀਂ ਇਸ ਮੁੱਦੇ ਨਾਲ ਤਾਂ ਜੁੜੇ ਹਾਂ ਕਿਉਂਕਿ ਇਹ ਸਾਡਾ ਨਿੱਜੀ ਫਰਜ਼ ਵੀ ਹੈ, ਮੈਂ ਵਾਰ ਵਾਰ ਕਹਿੰਦਾ, ਸਾਡੀ ਹੋਂਦ ਦਾ ਮਸਲਾ ਵੀ ਹੈ। ਇਹ ਮੁੱਦਾ ਹੱਲ ਹੋ ਜੂਗਾ, ਅਸੀਂ ਆਪਦੇ ਆਪਦੇ ਕੰਮੀ ਕਾਰੀ ਲੱਗ ਜਾਂਗੇ, ਕਿਉਂਕਿ 2000 ਇਲੈਕਸ਼ਨ ਲੜਨੀ ਹੈ ਜਾਂ ਕੋਈ ਹੋਰ ਮੁੱਦੇ ਨੇ ਉਹ ਬਾਅਦ ਦੇ ਨੇ। ਅੱਜ ਜੇ ਕੋਈ ਮੁੱਦਾ ਹੋਣਾ ਚਾਹੀਦਾ ਤਾਂ ਕਿਸਾਨੀ ਦਾ ਹੋਣਾ ਚਾਹੀਦਾ। 2022 ਪਾਰਟੀਆਂ ਵੀ ਬਣਨਗੀਆਂ, ਵੋਟਾਂ ਵੀ ਪੈਣਗੀਆਂ, ਉਹ ਇੱਕ ਅਲੱਗ ਸਿਸਟਮ ਹੈ। ਅੱਜ ਕੋਈ ਮੁੱਦਾ ਹੋਣਾ ਚਾਹੀਦਾ ਕਿਸਾਨੀ ਦਾ। ਕਿਸਾਨੀ ਦਾ ਸੰਘਰਸ਼ ਸਾਡੇ ਜਿਹੜੇ ਬਜ਼ੁਰਗ ਨੇ ਇੱਕ ਲੰਬੇ ਅਰਸੇ ਤੋਂ ਲੜਾਈ ਲੜਦੇ ਆ ਰਹੇ ਨੇ, ਅਸੀਂ ਇੱਕਜੁੱਟਤਾ ਦੀ ਗੱਲ ਪਹਿਲੇ ਦਿਨ ਤੋਂ ਕਰ ਰਹੇ ਹਾਂ। ਮੈਨੂੰ ਇਹ ਗੱਲ ਨਹੀਂ ਸਮਝ ਲੱਗੀ ਵੀ ਜਦੋਂ ਆਪਾਂ, ਅਸੀਂ ਤਾਂ ਬਾਈ ਨੂੰ ਮੂਹਰੇ ਲਾਇਆ ਸੀ ਵੀ ਬਾਈ ਤੂੰ ਯਾਰ ਸਾਡਾ, ਤੂੰ ਕਿਉਂਕਿ ਵਧੀਆ ਬੁਲਾ ਰਹੇ, ਤੈਨੂੰ ਨੌਲੇਜ ਵੀ ਆ, ਪੜ੍ਹਿਆ ਲਿਖਿਆ ਵੀ ਆ, ਤੂੰ ਮੂਹਰੇ ਲੱਗ ਆਰਟਿਸਟ ਭਰਾਵਾਂ ਵੱਲੋਂ ਵੀ। ਉਹ ਮੂਹਰੇ ਲੱਗਿਆ, ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਅਤੇ ਬਾਈ ਨੇ ਕਹਿਤਾ ਵੀ ਸਾਡਾ ਟੋਟਲ ਤੌਰ 'ਤੇ ਸਮਰਥਨ ਆ। ਜਦੋਂ ਕੱਲ੍ਹ ਇਹ ਨਿਊਜ਼ ਆਈ, ਬਾਈ ਨੇ ਕਿਹਾ ਵੀ ਮੇਰਾ ਤਾਂ ਜੀ ਸਿੰਗਰਾਂ ਨੇ ਬਾਈਕਾਟ ਕਰਤਾ, ਇੱਕ ਵੀ ਕਿਸੇ ਆਰਟਿਸਟ ਨੇ ਭਰਾ ਨੇ ਬਾਈਕਾਟ ਨਹੀਂ ਕੀਤਾ, ਕਿਉਂਕਿ ਉਹ ਸਾਡਾ ਪਰਿਵਾਰ ਆ, ਸਾਡਾ ਭਰਾ ਹੈ ਨਾ ਕਿਸੇ। ਫਿਰ ਬਾਈ ਦੇ ਆਪਦੇ ਸੋਚ ਹੁੰਦੀ ਹਰ ਇੱਕ ਦੀ, ਬਾਈ ਕਹਿੰਦਾ ਵੀ ਜਿਹੜੀਆਂ ਜਥੇਬੰਦੀਆਂ ਨੇ ਇਹ ਬਕਾਊ ਨੇ, ਇਹ ਵਿਕ ਜਾਂਦੀਆਂ ਨੇ। ਸੋ ਆਪਾਂ ਨੂੰ, ਮੈਨੂੰ ਲੱਗਦਾ ਇਹ ਗੱਲ ਕਹਿਣੀ ਮੁਨਾਸਿਬ ਨਹੀਂ ਹੈਗੀ ਇਸ ਟਾਈਮ 'ਤੇ, ਕਿਉਂਕਿ ਪੰਜੇ ਉਂਗਲੀਆਂ ਇੱਕ ਸਾਰ ਨਹੀਂ ਹੁੰਦੀਆਂ। ਮੈਂ ਵਾਰ ਵਾਰ ਕਹਿੰਦਾ ਵੀ ਪਹਿਲਾਂ ਲੜਾਈ ਖੇਤੀ ਦੀ ਸੀ, ਚਾਹੇ ਉਹ ਸਬਸਿਡੀ ਦੀ ਹੋਵੇ, ਚਾਹੇ ਉਹ ਸਾਡੀਆਂ ਫਸਲਾਂ ਦੇ ਰੇਟਾਂ ਦੀ ਹੋਵੇ, ਚਾਹੇ ਉਹ ਹੋਰ ਮੁੱਦੇ ਹੋਣ, ਅੱਜ ਲੜਾਈ ਖੇਤਾਂ ਦੀ ਆ। ਸੋ ਆਪਾਂ ਨੂੰ ਇੱਕਜੁੱਟਤਾ ਦੀ ਲੋੜ ਆ। ਆਪਾਂ ਆਪਸ 'ਚ ਇਹ ਕਰਕੇ ਵੀ ਉੱਥੇ ਉਹਨੇ ਧਰਨਾ ਲਾ ਲਿਆ, ਅਸੀਂ ਉੱਥੇ ਧਰਨਾ ਲਾ ਲਿਆ, ਲੋਕਾਂ 'ਚ ਫਾੜ ਨਾ ਪਾਈਏ। ਜੇ ਕੋਈ ਬਾਈ ਦੇ ਮਾੜਾ ਮੋਟਾ ਕੋਈ ਵਿਚਾਰਕ ਮਤਭੇਦ ਨੇ, ਅਸੀਂ ਮੈਂ ਬੇਨਤੀ ਕਰੂੰਗਾ ਵੀਰੇ ਨੂੰ ਵੀ ਤੁਸੀਂ ਜਥੇਬੰਦੀਆਂ ਨਾਲ ਬਹਿ ਕੇ ਨਿਬੇੜ ਦਿਓ, ਕਿਉਂਕਿ ਵਾਰ ਵਾਰ ਜਥੇਬੰਦੀਆਂ ਦਾ ਜ਼ਿਕਰ ਮੈਂ ਤਾਂ ਕਰ ਰਿਹਾ ਕਿਉਂਕਿ ਸਰਕਾਰ ਹੈ ਜਿਹੜੀ ਸੂਬੇ ਦੀ, ਸਾਡੇ ਨਾਲ ਮੀਟਿੰਗ ਤੋਂ ਪਹਿਲਾਂ ਜਥੇਬੰਦੀਆਂ ਉੱਥੇ ਜਾ ਕੇ ਆਈਆਂ ਨੇ ਅਤੇ ਸਰਕਾਰ ਨੇ ਵੀ ਇਹ ਉਹਨਾਂ ਨੂੰ ਸਮਰਥਨ ਦਿੱਤਾ ਕਿ ਕੋਰਟ ਵਾਲੀ ਲੜਾਈ ਅਸੀਂ ਲੜਾਂਗੇ, ਥੱਲੇ ਗਰਾਊਂਡ ਲੈਵਲ 'ਤੇ ਲੜਾਈ ਤੁਸੀਂ ਲੜੋ। ਤਾਂ ਕਰਕੇ ਅਸੀਂ ਬਾਈ ਤੋਂ ਪੁੱਛ ਕੇ ਜਥੇਬੰਦੀਆਂ ਨੂੰ ਸਮਰਥਨ ਦਿੱਤਾ ਸੀ। ਬਾਈ ਨਾ ਕਹਿੰਦਾ ਵੀ ਆਪਾਂ ਯਾਰ ਜਥੇਬੰਦੀਆਂ ਨੂੰ ਸਮਰਥਨ ਨਹੀਂ ਦੇਣਾ, ਆਪਾਂ ਆਪਣਾ ਅਲੱਗ ਹੋ ਕੇ ਲੜਨਾ, ਤਾਂ ਅਸੀਂ ਉਸ ਚੀਜ਼ 'ਤੇ ਵਿਚਾਰ ਕਰ ਲੈਂਦੇ। ਸਾਡੇ ਤੋਂ ਤਾਂ ਬਾਈ ਨੇ ਇਹ ਗੱਲ ਕਹਾਤੀ, ਫਿਰ ਉਹ ਗੱਲ ਉੱਥੇ ਮੈਂ ਕਹਿ ਕੇ ਹਟਿਆ ਵੀ ਜਦੋਂ ਬੰਦਾ ਜਵਾਨ ਤੋਂ ਹੀ ਫਿਰ ਗਿਆ ਤਾਂ ਫਿਰ ਉਹ ਬੰਦਾ ਕਹਦਾ ਜੀ, ਜਦੋਂ ਅਸੀਂ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਜਵਾਨ ਹੀ ਦੇਤੀ ਤਾਂ ਫਿਰ ਅਸੀਂ ਹੁਣ ਪਿੱਛੇ ਨਹੀਂ ਹਟ ਸਕਦੇ ਜਥੇਬੰਦੀਆਂ ਤੋਂ। ਅਸੀਂ ਰਲ ਕੇ ਚੱਲਾਂਗੇ ਜੀ ਜਥੇਬੰਦੀਆਂ। ਜਥੇਬੰਦੀਆਂ 'ਤੇ ਲੱਗਦੇ ਦੋਸ਼ ਕਿ ਬਕਾਊ ਆ, ਸਿਆਸੀ ਪਾਰਟੀਆਂ ਲੱਗਦੇ ਕਿ ਸਿਆਸਤ ਕਰਨ ਦੇ ਵਾਸਤੇ ਸਿਆਸੀ ਰੋਟੀਆਂ ਸਿੱਕੀ ਜਾਂਦੀਆਂ, ਕਿਤੇ ਇਸ ਦੇ ਵਿੱਚ ਵੀ ਦੀਪ ਸਿੱਧੂ 'ਤੇ ਤਾਂ ਨਹੀਂ ਆਰੋਪ ਲੱਗ ਰਹੇ, ਉਹਨਾਂ 'ਤੇ ਵੀ ਲੱਗ ਰਹੇ ਕਿ ਕਿਤੇ ਸਿਆਸੀ ਪਾਰਟੀ ਦੇ ਨਾਲ ਕਿਤੇ ਗੱਠਜੋੜ ਹੋ ਗਿਆ ਉਹਨਾਂ ਦਾ, ਇਹ ਜਿਹੜਾ ਸੰਘਰਸ਼ ਨੂੰ ਤੋੜਨ ਵਾਸਤੇ ਸਾਰਾ ਕੁਛ ਕੀਤਾ। ਦੇਖੋ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਦਾ ਵੀ ਮੈਂ ਇੱਕ ਉੱਦਾਂ ਦਾ ਬੰਦਾ ਵੀ ਜੋ ਮੇਰੇ ਦਿਲ 'ਚ ਗੱਲ ਹੈ ਉਹ ਮੈਂ ਮੂੰਹ 'ਤੇ ਹੀ ਬੋਲਦਾ, ਮੈਨੂੰ ਕੋਈ ਕਿਸੇ ਦਾ ਡਰ ਨਹੀਂ, ਚਾਹੇ ਸਾਡੇ ਬਜ਼ੁਰਗ ਬੈਠੇ ਨੇ। ਮੈਂ ਇੱਥੋਂ ਵੀ ਮੈਕ ਤੋਂ ਕਹੀ ਹੈ ਵੀ ਜਿੱਦਣ ਸਾਡੀ ਮੀਟਿੰਗ ਸੀਗੀ ਜਥੇਬੰਦੀਆਂ ਨਾਲ, ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ 31 ਜਥੇਬੰਦੀਆਂ ਨੇ, ਜਦੋਂ ਮੈਨੂੰ ਪਤਾ ਲੱਗਿਆ ਵੀ 31, ਮੈਂ ਆਪਦੇ ਦਿਮਾਗ 'ਚ ਸੋਚਿਆ ਯਾਰ ਵੀ ਜ਼ਿਲ੍ਹੇ ਬਾਈ ਨੇ ਅਤੇ ਜਥੇਬੰਦੀਆਂ 31। ਇੱਕ ਵਾਰੀ ਮੈਨੂੰ ਔੜ ਲੱਗਿਆ ਵੀ ਯਾਰ ਇੰਨੀਆਂ ਜਥੇਬੰਦੀਆਂ, ਵੀ ਹਰੇਕ ਆਪਦੀ ਆਪਦੀ ਜਥੇਬੰਦੀ, ਵੀ 4 ਬੰਦੇ ਇਕੱਠੇ ਹੋਏ ਜਥੇਬੰਦੀ, ਵੀ ਹੋ ਸਕਦਾ ਸਿਆਸੀ ਵੀ ਹੋਣ, ਹੋ ਸਕਦਾ ਨਿੱਜੀ ਵੀ ਹੋਣ, ਪਰ ਚਲੋ ਜੋ ਵੀ ਆ, ਅੱਜ ਉਹਨਾਂ ਨੇ ਏਕੇ ਦਾ ਤਾਂ ਸੰਕੇਤ ਦਿੱਤਾ ਨਾ, ਅਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਵੀ 7 ਮੈਂਬਰ ਤੁਹਾਡੇ, 7 ਮੈਂਬਰ ਸਾਡੇ। ਹੁਣ ਆਪਾਂ ਜਥੇਬੰਦੀਆਂ ਨੂੰ ਬਕਾਊ ਕਿਵੇਂ ਕਹਿ ਦਾਂਗੇ ਜਦੋਂ ਉਹਨਾਂ ਨੇ ਸਾਨੂੰ ਆਪਸ਼ਨ ਹੀ ਦਿੱਤੀ ਵੀ 7 ਜਣੇ ਤੁਸੀਂ ਹੋ, 7 ਜਣੇ ਅਸੀਂ ਹਾਂ। ਜੇ ਅੱਜ ਆਪਾਂ ਜਥੇਬੰਦੀਆਂ ਨੂੰ ਬਕਾਊ ਕਹਾਂਗੇ ਤਾਂ ਫਿਰ ਨਾਲ ਜਿਹੜੇ ਸਾਡੇ 7 ਭਰਾ ਨੇ, ਫਿਰ ਬਕਾਊ ਤਾਂ ਸਿੱਧੇ ਤੌਰ 'ਤੇ ਉਹ ਵੀ ਹੋ ਗਏ ਨਾ। ਤੁਸੀਂ ਕਲਾਕਾਰ ਤੌਰ 'ਤੇ ਸਾਡੇ ਨੌਜਵਾਨ ਫੋਲੋ ਕਰਦੇ ਆ, ਸਾਨੂੰ ਸੜਕਾਂ 'ਤੇ ਆਏ ਆਪਾਂ ਮੰਨਦੇ ਹਾਂ, ਚਲੋ ਰੋਸ ਆਪਣੇ ਕਰਕੇ ਵੀ ਆਇਆ, ਅਸੀਂ ਅਵੇਅਰ ਵੀ ਕੀਤਾ, ਸਾਡਾ ਫਰਜ਼ ਵੀ ਬਣਦਾ ਸੀ। ਪਰ ਜਦੋਂ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਸਿੱਧੇ ਤੌਰ 'ਤੇ ਬਾਈ ਫੋਨ ਬੰਦ ਕਰ ਲਿਆ,
ਵੀ ਇੱਕ ਟੀਮ ਬਣਾ ਲਓ, ਸੱਤ ਤੁਸੀਂ ਸੱਤ ਅਸੀਂ, ਆਪਾਂ ਰਲ ਕੇ ਚੱਲਦੇ ਹਾਂ। ਫਿਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਗੱਲ ਕਹਿਣੀ ਉਹਨਾਂ ਨੂੰ ਗਲਤ ਸੀ ਵੀ ਇਹ ਬਕਾਊ ਨੇ, ਅਸੀਂ ਇਹਨਾਂ ਨਾਲ ਨਹੀਂ ਚੱਲ ਸਕਦੇ। ਜੇ ਕਹਿਣੀ ਸੀ ਬਾਈ ਨੇ ਤਾਂ ਫਿਰ ਉਸੇ ਦਿਨ ਮੀਟਿੰਗ ਦੇ ਵਿੱਚ ਕਹਿ ਦਿੰਦਾ ਵੀ ਮੈਂ ਜਥੇਬੰਦੀਆਂ ਨਾਲ ਨਹੀਂ ਚੱਲਣਾ। ਉੱਥੇ ਤਾਂ ਕਿਹਾ ਆ, ਹੁਣ ਦੇਖੋ ਉੱਥੇ ਉਹਨਾਂ ਨੇ ਕਹਿਤਾ, ਵੀਡੀਓ ਵੀ ਤੁਸੀਂ ਦੇਖੋ ਡੇਲੀ ਪੋਸਟ 'ਤੇ ਹੀ ਆ ਵੀ ਸਮਰਥਨ ਹਾਂਜੀ ਸਾਡਾ ਜਥੇਬੰਦੀਆਂ ਨੂੰ, ਅਸੀਂ ਉਹਦੇ ਪਿੱਛੇ ਅਸੀਂ ਵੀ ਸਮਰਥਨ ਦੇਤਾ ਵੀ ਸਾਡਾ ਵੀ ਸਮਰਥਨ ਆ। ਅੱਜ ਬਾਈ ਅੱਡ ਹੋ ਗਿਆ, ਆਪਦਾ ਮੋਰਚਾ ਲਾ ਲਿਆ, ਲੋਕ ਸਾਨੂੰ ਕਹਿੰਦੇ ਯਾਰ ਤੁਸੀਂ ਅੱਡੋ ਪਾਰਟੀ ਹੋ ਗਏ, ਹੁਣ ਅਸੀਂ ਅੱਡੋ ਪਰ ਸਾਡਾ ਕਸੂਰ ਤਾਂ ਦੱਸੋ ਕੀ ਆ ਜੀ? ਜਦੋਂ ਸਾਡੇ ਬਜ਼ੁਰਗਾਂ ਨੂੰ ਅਸੀਂ ਜਵਾਨ ਹੀ ਦਿੱਤੀ ਤਾਂ ਜੇ ਅਸੀਂ ਮੁੱਕਰ ਜਾਂਦੇ ਤਾਂ ਫਿਰ ਸਾਡੇ ਬਜ਼ੁਰਗ ਕੀ ਸੋਚਦੇ ਸਾਡੇ ਬਾਰੇ ਵੀ ਨਵੀਂ ਮੰਡੀਰ ਨੂੰ ਭੜਕਾਉਂਦੇ ਫਿਰਦੇ ਨੇ, ਆਪਦਾ ਅਲੱਗ ਤੁਰਦੇ ਫਿਰਦੇ ਨੇ। ਫਿਰ ਏਕਾ ਕਿੱਥੇ ਰਹਿ ਜਾਂਦਾ ਜਿਹੜਾ ਪਹਿਲੇ ਦਿਨ ਤੁਸੀਂ ਰੌਲਾ ਪਾਉਂਦੇ ਫਿਰਦੇ ਹਾਂ ਵੀ ਇੱਕ ਹੋ ਕੇ ਚੱਲੀਏ, ਇੱਕ ਹੋ ਕੇ ਚੱਲੀਏ। ਜਥੇਬੰਦੀਆਂ ਦੇ ਏਕੇ ਨਾਲ ਕੀ ਹੋਇਆ, 14 ਜਥੇਬੰਦੀਆਂ 7 ਤਰੀਕ ਨੂੰ ਹਰਿਆਣੇ ਦੀਆਂ ਸਾਡੇ ਨਾਲ ਨੇ, 2 ਜਥੇਬੰਦੀਆਂ ਮੱਧ ਪ੍ਰਦੇਸ਼ ਦੀਆਂ, ਅਤੇ ਇਹਨਾਂ ਧਰਨਿਆਂ ਕਰਕੇ ਸਰਕਾਰ 'ਤੇ ਇੰਨਾ ਜ਼ਿਆਦਾ ਪ੍ਰੈਸ਼ਰ ਪੈ ਗਿਆ। ਪੰਜਾਬ ਲੈਵਲ 'ਤੇ ਇੱਕ ਕਮੇਟੀ ਬਣੀ ਆ ਕੇਂਦਰ ਸਰਕਾਰ ਦੀ, ਜਿਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਗੱਲਬਾਤ ਕਰੋ। ਤੁਹਾਨੂੰ ਪਤਾ ਹੋਵੇ ਕੱਲ੍ਹ ਪਰਸੋਂ ਕੋਈ ਬੀਜੇਪੀ ਦਾ ਇੱਥੇ ਮਨਿਸਟਰ ਆ ਕੇ ਗਿਆ ਪੰਜਾਬ 'ਚ, ਉਹ ਕਿਉਂ ਆਇਆ? ਉਹ ਮਾਹੌਲ ਚੈੱਕ ਕਰਨ ਆਇਆ ਵੀ ਪੰਜਾਬ 'ਚ ਮਾਹੌਲ ਕੀ ਆ। ਆਇਆ ਵੀ ਸਿੱਖ ਫੇਸ ਹੈ, ਕੋਈ ਕੱਲ੍ਹ ਆਇਆ, ਹਾਂਜੀ ਹਰਦੀਪ ਪੁਰੀ, ਹਰਦੀਪ ਆਇਆ, ਤੁਸੀਂ ਸਿਆਣੇ ਹੋ ਜੀ, ਉਹ ਚੈੱਕ ਹੀ ਕਰਨ ਆਇਆ ਸੀ ਮਾਹੌਲ ਕੀ ਆ, ਅਤੇ ਭੇਜਿਆ ਵੀ ਸਿੱਖ ਫੇਸ ਸੀ। ਸਰਕਾਰ 'ਤੇ ਪ੍ਰੈਸ਼ਰ ਹੈ ਨਾ ਜੀ ਸਿੱਧੇ ਤੌਰ 'ਤੇ, ਇਹ ਤਾਂ ਜਦੇ ਇਹ ਤਾਂ ਨਕਾਰਾ ਨਹੀਂ ਕਰ ਸਕਦੇ। ਅੱਜ ਮੁੱਦਾ ਵੀਰੇ ਵਿਕਣ ਵਿਕਾਉਣ ਦਾ ਨਹੀਂ ਹੈਗਾ, ਜੇ ਕੋਈ ਸਰਕਾਰ ਵੀ ਇਹਨਾਂ ਬਿੱਲਾਂ ਦੇ ਹੱਕ 'ਚ ਖੜੂਗੀ ਤਾਂ ਮੈਂ ਗਿਣਤੀ ਲਿਖ ਕੇ ਦੇ ਸਕਦਾ ਦਾਅਵੇ ਨਾਲ ਕਿ ਪੰਜਾਬ ਦੇ ਲੋਕ ਤਖ਼ਤਾਂ ਪਲਟ ਦੇਣਗੇ ਉਸੇ ਵੇਲੇ, ਕਦੇ ਮਾਫ਼ ਨਹੀਂ ਜ਼ਿੰਦਗੀ 'ਚ ਭੁੱਲ ਜਾਣ ਜਿਹੜੇ ਉਹ ਬਿੱਲਾਂ ਦੇ ਨਾਲ ਕੇਂਦਰ ਦੀ ਸਰਕਾਰ ਨਾਲ ਖੜਨਗੇ ਵੀ ਮੁੜ ਕੇ ਉਹ ਸੱਤਾ 'ਚ ਆ ਜਾਣਗੇ। ਸੋ ਸਾਡਾ ਸਾਨੂੰ ਜਿਹੜੇ ਬੰਦੇ ਬੁੱਧੀਜੀਵੀ ਬਾਹਰਲਿਆਂ ਮੁਲਕਾਂ ਤੋਂ ਸਾਨੂੰ ਕਹਿੰਦੇ ਆ ਵੀ ਤੁਸੀਂ ਆਡੋ ਪਾਟ ਹੋ ਗਏ, ਤੁਸੀਂ ਦੀਪ ਬਾਈ ਦੇ ਨਾਲ ਨਹੀਂ ਚੱਲੇ, ਸਾਨੂੰ ਤਾਂ ਇਹ ਚੀਜ਼ ਸੁਣ ਕੇ ਹੀ ਦੁੱਖ ਲੱਗੀ ਵੀ ਯਾਰ ਇੱਕ ਸੰਘਰਸ਼ ਮੋਰਚਾ ਬੜੇ ਲੰਬੇ ਅਰਸ ਤੋਂ ਬਾਅਦ ਪੰਜਾਬ 'ਚ ਇੱਕ ਲਹਿਰ ਚੱਲੀ ਆ ਵੀ ਆਪਾਂ ਇਹਨੂੰ ਕਿਉਂ ਅੱਡ ਅੱਡ ਕਰ ਲਿਆ? ਜੇ ਵਿਚਾਰਕ ਤੁਹਾਡੇ ਮਤਭੇਦ ਸੀਗੇ ਤਾਂ ਤੁਸੀਂ ਬਹਿ ਕੇ ਨਿਬੜ ਲੈਂਦੇ ਨਾ ਯਾਰ, ਛੱਡੀਏ ਆਪਾਂ ਜਿਹੜੇ ਤੁਹਾਡੇ ਨਾਲ ਜਿਹੜੇ ਗਾਇਕ ਐਸੋਸੀਏਸ਼ਨ ਨਾਲ ਜੁੜੇ ਹੋਏ, ਤੁਸੀਂ ਨਿਰੰਤਰ ਸੰਘਰਸ਼ ਜਾਰੀ ਰੱਖੋਗੇ ਔਰ 6-8-10 ਦਿਨਾਂ ਦਾ ਪ੍ਰੋਗਰਾਮ ਹੈ, ਚਾਹੇ ਰਿਲਾਇੰਸ ਪੰਪ ਘੇਰਨ ਦਾ ਚਾਹੇ ਮਲਟੀਨੈਸ਼ਨਲ ਕੰਪਨੀਆਂ ਨੂੰ, ਉਹਦੇ ਵਿੱਚ ਕੀ ਰੋਲ ਰਹੇਗਾ ਬਾਈ ਜੀ? 6-8-10 ਨਹੀਂ, ਜਦੋਂ ਤੱਕ ਇਹ ਸੰਘਰਸ਼ ਚੱਲੂਗਾ ਉਦੋਂ ਤੱਕ ਪ੍ਰੋਪਰ ਤੌਰ 'ਤੇ ਦੇਖੋ ਗੱਲ ਵਾਰ ਵਾਰ ਮੈਂ ਕਲੀਅਰ ਕਰਦਾ ਵੀ ਵਾਰ ਜਥੇਬੰਦੀਆਂ 'ਤੇ ਸਵਾਲ ਕਿਉਂ ਉੱਠਦਾ? ਧੂੰਆਂ ਉੱਥੋਂ ਹੀ ਉੱਠੂਗਾ ਨਾ ਜਿੱਥੇ ਅੱਗ ਲੱਗੀ ਹੋਊਗੀ, ਪਹਿਲਾਂ ਰੈਕਡ ਹੈ ਜਿਹੜਾ ਉਹ ਨਹੀਂ ਕਲੀਨ ਰਿਹਾ, ਪਰ ਪਹਿਲਾਂ ਪੰਜਾਬ ਦੇ ਮੁੱਦੇ ਹੋਰ ਸੀ, ਅੱਜ ਇਹ ਮੁੱਦਾ ਹੋ ਰਿਹਾ, ਅੱਜ ਸਾਡੀ ਹੋਂਦ ਦਾ ਮੁੱਦਾ, ਆਉਣ ਵਾਲੀਆਂ ਨਸਲਾਂ ਦਾ, ਆਉਣ ਵਾਲੀਆਂ ਪੀੜ੍ਹੀਆਂ ਖਾਊਗਾ ਕਿ ਪੰਜਾਬ ਨੂੰ ਸਿਰਜਿਆ ਹੀ ਨਹੀਂ ਜਾ ਸਕਦਾ ਖੇਤੀ ਤੋਂ ਬਿਨਾਂ। ਅੱਜ ਜਿਹੜਾ ਵੀ ਬੰਦਾ ਅੱਗੇ ਜਾ ਕੇ ਤੁਹਾਨੂੰ ਲੱਗਦਾ ਵੀ ਕੋਈ 19-21 ਸਟੈਂਡ ਤੋਂ ਥੱਲੇ ਹੋ ਗਿਆ ਤਾਂ ਪੰਜਾਬ ਦੇ ਲੋਕ ਉਹਨੂੰ ਬਖਸ਼ਣਗੇ ਨਹੀਂ। ਫਿਰ ਅਸੀਂ ਮੰਨ ਲਓ, ਤੁਸੀਂ ਸੋਚੋ ਵੀ ਅਸੀਂ ਕਲਾਕਾਰ ਵੀ ਇਕੱਠੇ ਹੋ ਜਾਂਦੇ, ਸਰਕਾਰ ਵੀ ਇਕੱਠੇ, ਫਿਰ ਜਥੇਬੰਦੀਆਂ ਅਲੱਗ ਚੱਲਦੀਆਂ? ਇਹ ਕਦੇ ਵੀ ਨਹੀਂ ਹੋ ਸਕਦਾ, ਇਹ ਲੜਾਈ ਇਹਨਾਂ ਦੀ ਹੈ। ਜਦੋਂ ਉੱਤੇ ਬੁਲਾਉਣਾ ਤਾਂ ਜਥੇਬੰਦੀਆਂ ਦੇ ਮੈਂਬਰਾਂ ਨੂੰ ਬੁਲਾਉਣਾ, ਉਹਨਾਂ ਨੇ ਕਲਾਕਾਰਾਂ ਨੂੰ ਨਹੀਂ ਬੁਲਾਉਣਾ ਹੈਗਾ। ਸੋ ਤਾਂ ਕਰਕੇ ਮੇਰੀ ਤਾਂ ਹਲੇ ਵੀ ਬੇਨਤੀ ਆ ਵੀ ਆਪਾਂ ਇੱਕ ਹੋ ਕੇ ਚੱਲੀਏ, ਏਕੇ 'ਚ ਹੀ ਪਹਿਲੇ ਦਿਨ ਤੋਂ ਜਦੋਂ ਆਪਾਂ ਹੁੱਕਾ ਦਿੰਦੇ ਆਉਂਦੇ ਹਾਂ, ਇਹ ਤੁਸੀਂ ਇਹ ਪ੍ਰੂਫ ਹੈ ਵੀ ਬਾਈ ਨੂੰ ਗੱਬੇ ਬੈਠਾ, ਕਾਲੀ ਟੀ ਸ਼ਰਟ ਪਾਈ ਹੈ, ਮੈਂ ਇੱਧਰਲੇ ਪਾਸੇ ਬੈਠਾ, ਬਾਈ ਨੇ ਕਿਹਾ ਵੀ ਪ੍ਰੋਪਰ ਤੌਰ 'ਤੇ ਸਾਡਾ ਸਮਰਥਨ ਜਥੇਬੰਦੀਆਂ ਨੂੰ, ਇਹ ਲੜਾਈ ਲੰਬੀ ਆ, ਅਸੀਂ ਰਲ ਕੇ ਚੱਲਾਂਗੇ, 14-ਮੈਂਬਰੀ ਕਮੇਟੀ ਬਣੂਗੀ। ਫਿਰ 3 ਦਿਨਾਂ ਬਾਅਦ ਆਪਾਂ ਇਹ ਕਿਉਂ ਕਹਿ ਰਹੇ ਹਾਂ ਵੀ ਜਥੇਬੰਦੀਆਂ ਵਿਕ ਜਾਣਗੀਆਂ? ਇਹ ਗੱਲ ਤੁਸੀਂ ਉੱਥੇ ਉਹਨਾਂ ਦੇ ਮੂੰਹ 'ਤੇ ਕਿਉਂ ਨਹੀਂ ਕਹੀ? ਕਿਸਾਨ ਕਿਤੇ ਨਾ ਕਿਤੇ ਮਾਇੂਸ, ਗੁੰਮਰਾਹ ਕਰ ਰਹੇ ਹੋ, ਇਸ ਵਕਤ ਲੋੜ ਹੈ ਉੱਥੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਕਰਾਂਗਾ। ਇਹ ਜਿਹੜਾ ਕਹਿੰਦੇ ਆ ਨਾ ਵੀ ਮੋਰਚੇ ਨੂੰ ਸੰਨਣ ਲੱਗ ਗਿਆ, ਇਹ ਉਹ ਚੀਜ਼ ਹੈ। ਸੋ ਅਸੀਂ ਉਹ ਵੀਰ ਤੋਂ ਇਹ ਆਸ ਨਹੀਂ ਕਰਦੇ ਸੀ ਵੀ ਇੱਦਾਂ ਕੋਈ ਰਾਤੋ ਰਾਤ ਬਿਆਨ ਆਊਗਾ ਅਤੇ ਲੋਕ ਜਿਹੜੇ ਬਾਹਰਲੇ ਬੁੱਧੀਜੀਵੀ ਬੈਠੇ ਨੇ, ਤੁਸੀਂ ਇਹ ਗੱਲ ਨੂੰ ਵਿਚਾਰੋ। ਇਹ ਕੋਈ ਸਮਰਥਨ ਮੈਂ ਨਹੀਂ ਦਿੱਤਾ ਹੈਗਾ ਇਕੱਲਾ ਜਥੇਬੰਦੀਆਂ ਨੂੰ, ਜਾਂ ਇਹ ਜਸ ਬਾਜਵੇ ਦਾ ਰੌਲਾ ਨਹੀਂ ਹੈਗਾ, ਇਹ ਮੇਰਿਆਂ ਖੇਤਾਂ, ਮੇਰਾ ਤਾਂ ਨਿੱਜੀ ਫਰਜ਼ ਹੈ। ਜੇ ਮੈਂ ਕਲਾਕਾਰ ਨਾ ਹੁੰਦਾ ਤਾਂ ਵੀ ਮੈਂ ਧਰਨਿਆਂ 'ਚ ਆਉਂਦਾ। ਪਰ ਕਿਤੇ ਨਾ ਕਿਤੇ ਤੁਸੀਂ ਇਸ ਗੱਲ ਨੂੰ ਸੋਚੋ ਤਾਂ ਸਹੀ ਵੀ ਜਦੋਂ ਆਪਾਂ ਇੱਕ ਗੱਲ ਜਵਾਨ ਕਰਕੇ ਆਏ ਹਾਂ ਵੀ ਜਿਹੜਾ ਬੰਦਾ ਜਵਾਨ ਤੋਂ ਹੀ ਮੁੱਕਰ ਗਿਆ, ਫਿਰ ਉਹ ਕੱਲ੍ਹ ਨੂੰ ਉਹਦੇ 'ਤੇ ਅਸੀਂ ਕਿਵੇਂ ਯਕੀਨ ਕਰ ਲਾਂਗੇ? ਸੋ ਮੇਰਾ ਕੋਈ ਦੀਪ ਬਾਈ ਨਾਲ, ਉਹਨਾਂ ਨੇ ਮੈਨੂੰ ਨਹੀਂ ਪਤਾ ਉਹਨਾਂ ਦੀ ਮਨਸ਼ਾ ਕੀ ਹੈ, ਕੋਈ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਸਿਆਸਤ 'ਚ ਆਉਣਾ, ਅਸੀਂ ਮੈਂ ਪਹਿਲਾਂ ਕਹਿ ਕੇ ਹਟਿਆ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਹੈ, ਪਰ ਅੱਜ ਉਹ ਮੁੱਦਾ ਨਹੀਂ ਹੋਣਾ ਚਾਹੀਦਾ। ਅੱਜ ਮੁੱਦਾ ਹੋਣਾ ਚਾਹੀਦਾ ਇਹਨਾਂ ਬਿੱਲਾਂ ਦਾ ਬਾਈਕਾਟ ਕਰਵਾ ਦਿਉ, ਦੀਪ ਬਾਈ ਕਰਵਾ ਦੇਵੇ, ਮੈਂ ਕਹਿੰਦਾ ਮੈਂ ਅੱਗੇ ਹੋ ਕੇ ਲੜੂੰਗਾ ਬਾਈ ਦੇ, ਕਹੂੰਗਾ ਲੋਕਾਂ ਨੂੰ ਵੀ ਯਾਰ ਸਾਡਾ ਬਾਈ ਨੇ ਹੱਲ ਕਰਵਾ ਤਾ, ਅਸੀਂ ਇਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ, ਅਸੀਂ ਬਾਈ ਨੂੰ ਬਾਈ ਦਾ ਸਮਰਥਨ ਦੇਣਾ। ਪਰ ਅੱਜ ਮੁੱਦਾ ਕੁਛ ਹੋਰ ਹੈ, ਅੱਜ ਮੁੱਦਾ ਸਿਰਫ ਇਕੱਠੇ ਚੱਲਣ ਦਾ ਅਤੇ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ ਦਾ, ਅੱਜ ਆਪਦੇ ਆਪਦੇ ਰਾਹ ਪਾੜ ਕੇ ਚੱਲਣ ਦੀ ਗੱਲ ਨਹੀਂ ਹੈਗੀ। ਸੋ ਮੈਨੂੰ ਲੱਗਦਾ ਜੇ ਕੋਈ ਥੋੜ੍ਹੇ ਮੋਟੇ ਮਾੜੇ ਮੋਟੇ ਚਲੋ ਵੱਡਾ ਸੰਘਰਸ਼ ਹੈ ਚੱਲ ਹੋ ਜਾਂਦਾ ਮਨੋ ਮਟਾਵ ਭਰਾਵਾਂ 'ਚ, ਘਰ 'ਚ ਵੀ ਦੋ ਭਾਂਡੇ ਪੰਜਾਬੀਆਂ ਦਾ ਸਭ ਸੁਭਾਅ ਤਾਂ ਉੱਦਾਂ ਵੀ ਥੋੜ੍ਹਾ ਜਿਹਾ ਅੜਦਾ ਇਸ ਪੱਖੋਂ, ਜੇ ਕੋਈ ਬਾਈ ਦੇ ਦਿਲ 'ਚ ਕੋਈ ਗੱਲਬਾਤ ਹੈਗੀ ਉਹ ਕਲੀਅਰ ਕਰ ਲਵੇ।
होका दिता है कि कट्ठे हो के लड़ लीए किसानों के संघर्ष को, किसानों को लोड़ है इस वक्त अपने भविख के जो खतरा है, चाहे बेशक वो फसलों का है, चाहे एम एस पी का है, चाहे होर चीज़ों का, होर भी किसानों जथेबंदियों गल थोड़ी करावे। निरंतर 1 अक्तूबर तो रेल ट्रैकों जाम किया है, कहते हैं किसान पूरे पंजाब गायकों ने भी खुले दिल नाल किसानों का साथ दिता है, इन्हों के धरने पहुँच रहे हैं गायक, तुसीं देख रहे थे लाइव स्क्रीन उत्ते जस बाजवा नूं ते हरमिंदर नूरपुरी ते होर भी इन्हां नाल गलबात।